ਅੱਜ ਗੱਲ ਕਰਨੀ ਆ ਆਪਾਂ ਤੁਹਾਡੇ ਪਿੰਡ ਦੀ ਤੂਤਾਂ ਵਾਲੇ ਖੂਹ ਦੀ ਤੇ ਖੂਹ ਵਾਲੀ ਢਿੱਡ ਦੀ ਅੱਜ ਗੱਲ ਕਰਨੀ ਆ ਆਪਾਂ ਤੁਹਾਡੇ ਪਿੰਡ ਦੀ ਤੂਤਾਂ ਵਾਲੇ ਖੂਹ ਦੀ ਤੇ ਖੂਹ ਵਾਲੀ ਢਿੱਡ ਦੀ ਮੱਕੀ ਦੀਆਂ ਛੱਲੀਆਂ ਬਲਦਾਂ ਦੀਆਂ ਟੱਲੀਆਂ ਖੇਡਣੀ ਕਬੱਡੀ ਦੇਖਣੀ ਕਬੱਡੀ ਤਾਵਾਂ ਮੂਹਰੇ ਜਾ ਕੇ ਮੱਲੀਆਂ ਉਸ ਵੇਲੇ ਦੌੜ ਦੌੜ ਪੈ ਜਾਣ ਖੱਲੀਆਂ ਜਦੋਂ ਕਿਤੇ ਛਿੜ ਜਾਣੀ ਖੱਖਰ ਭਰਿੱਡ ਦੀ ਆਓ ਗੱਲ ਕਰੀਏ ਅੱਜ ਆਪਾਂ ਤੁਹਾਡੇ ਪਿੰਡ ਦੀ ਆਓ ਗੱਲ ਕਰੀਏ ਜੀ ਅੱਜ ਆਪਾਂ ਆਪਣੇ ਪਿੰਡ ਦੀ ਆਪਣੇ ਪਿੰਡਾਂ ਦੀਆਂ ਗੱਲਾਂ ਬਾਤਾਂ ਪੰਜਾਬੀ ਦੀਆਂ ਗੱਲਾਂ ਬਾਤਾਂ ਪੰਜਾਬੀਆਂ ਦੀਆਂ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਏ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਤੁਹਾਡੇ ਰੂਬਰੂ ਹਾਜ਼ਰ ਹਾਂ ਜੀ ਅੱਜ ਫਰਾਈਡੇ ਆ ਆਖਰੀ ਦਿਨ ਹੁੰਦਾ ਹੈ ਵੀਕ ਦਾ ਅਤੇ ਬਹੁਤ ਸਾਰੇ ਲੋਕਾਂ ਨੂੰ ਚਾਅ ਚੜਿਆ ਹੁੰਦਾ ਔਰ ਬਹੁਤ ਸਾਰੇ ਲੋਕ ਬਿਜ਼ਨਸ ਜਿਹੜੇ ਆ ਉਹ ਵੀ ਮੈਂ ਦੇਖ ਲੈਂਦਾ ਜਿਹੜੇ ਬੰਦੇ ਥੋੜ੍ਹਾ ਬਹੁਤ ਸ਼ੁਗਲ ਮੇਲਾ ਕਰਨ ਵਾਲੇ ਹੈਗੇ ਵੀਕਐਂਡ 'ਤੇ ਉਹ ਵੀ ਦੁਪਹਿਰੇ ਕਹਿੰਦੇ 2 ਵਜੇ ਗਲਾਸੀਆਂ ਮਾਂਜਣ ਲੱਗ ਪੈਂਦੇ ਆ ਵੀ ਅੱਜ ਵੀਕਐਂਡ ਆ ਅਤੇ ਗਲਾਸੀਆਂ ਗਲੂਸੀਆਂ ਕਰ ਲਓ ਸਾਫ ਆਪਣੀਆਂ ਅਤੇ ਉਹ ਉਸ ਹਿਸਾਬ ਨਾਲ ਇੰਜੋਏ ਕਰਦੇ ਨੇ ਪਰ ਬਾਹਲੇ ਲੋਕ ਜਿਹੜੇ ਨੇ ਬਹੁਤ ਸਾਰੇ ਲੋਕ 7 ਦਿਨ ਵੀ ਕੰਮ ਕਰਦੇ ਨੇ ਉਹਨਾਂ ਵਾਸਤੇ ਕੋਈ ਵੀਕਐਂਡ ਨਹੀਂ ਹੁੰਦਾ ਉਹਨਾਂ ਨੂੰ ਵੀ ਫਰਾਈਡੇ 'ਤੇ ਆਇਆਂ ਨੂੰ ਇਹੀ ਫਿਕਰ ਹੁੰਦਾ ਵੀ ਭਾਈ ਸਵੇਰੇ ਫਿਰ ਕੰਮ 'ਤੇ ਜਾਣਾ ਅਤੇ ਇੱਕ ਚੀਜ਼ ਇਹ ਹੈਗੀ ਆ ਕਿ ਅਸੀਂ ਪਿੰਡਾਂ ਤੋਂ ਸਾਰੇ ਆਏ ਹੋਏ ਹਾਂ ਕੰਮ ਕਰਨ ਦੀ ਪ੍ਰੋਬਲਮ ਕਿਸੇ ਨੂੰ ਹੈ ਨਹੀਂ ਕੋਈ ਕਰਨ ਦੀ ਉਹ ਵੱਖਰੀ ਗੱਲ ਆ ਵੀ ਜਦੋਂ ਕੰਮ ਸੂਤ ਆ ਜਾਂਦਾ ਤਾਂ ਉਦੋਂ ਬੰਦਾ ਫਿਰ ਸੋਚਦਾ ਭਾਈ ਹੁਣ ਥੋੜ੍ਹਾ ਆਰਾਮ ਕਰ ਲਈਏ ਅਦਰਵਾਈਜ਼ ਸ਼ੁਰੂ ਸ਼ੁਰੂ ਦੇ ਪਹਿਲੇ 2-3 ਸਾਲ ਜਿਹੜੇ ਆ ਮੇਰਾ ਖਿਆਲ ਆ ਵੀ ਸਾਰੇ ਲੋਕ ਜਿਹੜੇ ਉਹ ਦੱਬ ਕੇ ਮਿਹਨਤ ਕਰਦੇ ਆ ਕੋਈ ਸੈਟਰਡੇ ਸੰਡੇ ਨਹੀਂ ਹੁੰਦਾ ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਇੰਨੀ ਮਿਹਨਤ ਕਰਦੇ ਨੇ ਵੀ ਦਿਹਾੜੀ ਦੇ ਵੀ ਕਹਿੰਦੇ 12-12, 13-13 ਘੰਟੇ 14-14 ਘੰਟੇ ਲਾਉਂਦੇ ਆ ਫਿਰ ਉਦੋਂ ਬਾਅਦ ਸੋਚਦੇ ਨੇ ਵੀ ਭਾਈ ਹੁਣ ਥੋੜ੍ਹਾ ਬਹੁਤ ਸਾਹ ਲਈਏ ਫਿਰ ਬਾਹਲੇ ਲੋਕ ਤਾਂ ਸੋਚ ਸਮਝ ਕੇ ਅਤੇ ਆਪਣਾ ਕੰਮ ਸ਼ੁਰੂ ਕਰ ਲੈਂਦੇ ਨੇ ਕੋਈ ਨਾ ਕੋਈ ਤਾਂ ਆਪਣਾ ਕੰਮ ਸ਼ੁਰੂ ਕਰਕੇ ਤੋਂ 'ਚ ਤਰੱਕੀਆਂ ਹਾਸਲ ਕਰਦੇ ਨੇ ਅਤੇ ਬਾਹਲੇ ਜਿਹੜੇ ਹੈਗੇ ਮੇਰੇ ਵਰਗੇ ਲਾ ਲਓ ਜਾਂ ਉੱਦਾਂ ਲਾ ਲਓ ਉਹ ਕਹਿੰਦੇ ਵੀ ਚਲੇ ਕੰਮ ਇੱਥੋਂ ਛੱਡ ਕੇ ਯਾਰ ਹੋਰ ਕਰ ਲਈਏ 8 ਘੰਟਿਆਂ ਵਾਲਾ ਕਰ ਲਈਏ ਚਲੋ ਕੋਈ ਨਹੀਂ ਉੱਧਰ ਸੀ ਤਾਂ ਕੋਈ ਉੱਧਰ ਨੂੰ ਤੁਰ ਜਾਂਦੇ ਬਾਕੀ ਆਪੋ ਆਪਣੀ ਸੋਚ ਹੈ ਆਪੋ ਆਪਣੀ ਅਸੀਂ ਕਿਸਮਤ ਵੀ ਕਹਿ ਸਕਦੇ ਹਾਂ ਪਰ ਮੈਂ ਇਹ ਸਮਝਦਾ ਹੁੰਦਾ ਆਪਣੇ ਆਪ ਨੂੰ ਘੱਟੋ ਘੱਟ ਸ਼ਾਇਦ ਸਾਡੇ ਦਰਸ਼ਕ ਵੀ ਇਹ ਸਮਝਦੇ ਆ ਅੱਜ ਵੀ ਮੈਂ 2-3 ਜਗ੍ਹਾ ਗਏ ਸੀ ਰਾਜ ਕਾਲੋ ਸਾਹਿਬ ਮਰਸਡ ਹੈਗੇ ਨੇ ਜਿਹੜੇ ਕਿਹੜਾ ਆਹ ਆਪਣਾ ਹੈਗਾ ਪਿਸਤੇ ਦੇ ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਪਿਸਤਾ ਪੈਦਾ ਕਰਨ ਵਾਲੇ ਹੈਗੇ ਨੇ ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਅਗਰ ਅਮਰੀਕਾ ਦੇ ਵਿੱਚ ਪਿਸਤਾ ਕੋਈ ਹੁੰਦਾ ਪੈਦਾ ਹੁੰਦਾ ਔਰ ਵਿਕਦਾ ਇਹਨਾਂ ਦੀ ਕੰਪਨੀ ਦਾ ਵਿਕਦਾ ਉੱਥੇ ਵੀ ਉਹੀ ਗੱਲ ਇਹ ਕਰ ਰਹੇ ਸੀਗੇ ਵੀ ਆਪਾਂ ਆਪਣੇ ਆਪ ਨੂੰ ਲੱਕੀ ਸਮਝਣਾ ਚਾਹੀਦਾ ਕਿ ਅਸੀਂ ਇੱਧਰਲੇ ਮੁਲਕਾਂ ਦੇ ਵਿੱਚ ਆ ਗਏ ਹਾਂ ਔਰ ਸਾਡੇ ਮੇਰੇ ਖਿਆਲ 99% ਲੋਕਾਂ ਦੀ ਸੋਚ ਇਹ ਹੋਏਗੀ ਵਿੱਚੇ ਮੈਂ ਹਾਂ ਹੁਣ ਉਦੋਂ ਦੁੱਖ ਵੀ ਬੜਾ ਲੱਗਦਾ ਇਸ ਗੱਲ ਦਾ ਵੀ ਯਾਰ ਕੀ ਇੰਨਾ ਹੀ ਮਾੜਾ ਹੈਗਾ ਸਾਡਾ ਉੱਧਰਲਾ ਪੰਜਾਬ ਵੀ ਜਿਹੜਾ ਅਸੀਂ ਹਰ ਬੰਦਾ ਇਹ ਸੋਚਦੇ ਵੀ ਇੱਧਰੋਂ ਲੱਕੀ ਅਸੀਂ ਹੈਗੇ ਇੱਧਰ ਆ ਗਏ ਆ ਪਰ ਫਿਰ ਇਉਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਬੰਦਾ ਵੀ ਇਹ ਗੱਲ ਕਹਿੰਦਾ ਉਹ ਸਹੀ ਕਹਿ ਰਿਹਾ ਉਹਨੂੰ ਪੰਜਾਬ ਮਾੜਾ ਨਹੀਂ ਹੈਗਾ ਪੰਜਾਬ ਦੇ ਲੋਕ ਮਾੜੇ ਨਹੀਂ ਪੰਜਾਬ ਰੰਗਲਾ ਪਹਿਲਾਂ ਵੀ ਸੀ ਅੱਜ ਵੀ ਹੈ ਉੱਥੇ ਜਿਹੜਾ ਦੁਖੀ ਲੋਕ ਹੁੰਦੇ ਨੇ ਉੱਥੋਂ ਦੇ ਸਿਸਟਮ ਤੋਂ ਹੁੰਦੇ ਨੇ ਔਰ ਸਿਸਟਮ ਦੀ ਗੱਲ ਕਰ ਲਈਏ ਸਿਸਟਮ ਆਪਣੇ ਪਿਛਲੇ 70 ਸਾਲਾਂ ਤੋਂ ਉਹੀ ਹੈ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਅਤੇ ਉਹੀ ਸਿਸਟਮ ਚੱਲੀ ਜਾਂਦਾ ਹਮੇਸ਼ਾ ਅਸੀਂ ਗੱਲ ਕਰੀ ਦੀ ਹੈ ਵੀ ਭਾਈ ਪਾਰਟੀਆਂ ਬਦਲ ਜਾਂਦੀਆਂ ਨੇ ਉਹ ਪਾਰਟੀ ਆ ਗਈ ਤਾਂ ਫਿਰ ਦੂਜੀ ਆ ਗਈ ਤਾਂ ਫਿਰ ਦੂਜੀ ਆ ਗਈ ਫਿਰ ਪਹਿਲੀ ਆ ਗਈ ਉੱਤਰ ਕਾਟੋ ਮੈਚੜਾ ਵਾਲਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਅਸੀਂ ਹਮੇਸ਼ਾ ਇਹ ਗੱਲ ਕਰੀ ਦੀ ਆ ਕਿ ਪਾਰਟੀਆਂ ਨਹੀਂ ਬਦਲਣ ਦੀ ਲੋੜ ਬੰਦੇ ਬਦਲੋ ਅਤੇ ਸਿਸਟਮ ਬਦਲੋ ਬੰਦੇ ਬਦਲੋ ਬੰਦੇ ਉਹ ਬਦਲੋ ਜਿਹੜੇ ਸਿਸਟਮ ਨੂੰ ਬਦਲਣ ਪਰ ਕੀ ਕਰੀਏ ਉੱਥੇ ਬਥੇਰਾ ਰੌਲਾ ਵੀ ਪੀਪਲਸ ਪਾਰਟੀ ਆਫ ਪੰਜਾਬ ਵੇਲੇ ਕਾਫੀ ਵਾਹਵਾ ਭਾਸ਼ਣ ਭੂਸ਼ਣਾਂ ਵੀ ਦਿੰਦਾ ਸੀ ਉਦੋਂ ਚੰਗਾ ਲੋਕ ਤਾੜੀਆਂ ਤੂੜੀਆਂ ਵਾਹਵਾ ਮਾਰਦੇ ਸੀ ਬੜੀ ਵਧੀਆ ਗੱਲ ਕਰਦਾ ਬੜੀ ਵਧੀਆ ਗੱਲ ਕਰਦਾ ਉਹ ਵਧੀਆ ਗੱਲ ਉਨੀ ਕੁ ਵੇਲੇ ਹੀ ਹੁੰਦੀ ਆ ਵਧੀਆ ਗੱਲਾਂ ਦੀ ਗੱਲ ਕਰੀਏ ਤਾਂ ਵਧੀਆ ਗੱਲ ਜਿੰਨੇ ਵੀ ਲੀਡਰ ਬਹੁਤ ਸਾਰੇ ਕਰਦੇ ਨੇ ਉਹ ਮੈਨੂੰ ਲੱਗਦਾ ਜਿੱਤੇ ਜਿੱਤੇ ਬਹੁਤ ਘੱਟ ਹੀ ਆ ਅਤੇ ਭਗਵੰਤ ਮਾਨ ਜਿੱਤ ਗਿਆ ਠੀਕ ਆ ਦੂਜੀ ਵਾਰ ਵੀ ਜਿੱਤ ਗਿਆ ਹੈਗਾ MP ਬਣ ਗਿਆ ਅਤੇ ਉਹ ਆਪਣੇ ਗਰਾਊਂਡ ਲੈਵਲ 'ਤੇ ਕੰਮ ਕਰਨ ਕਰਕੇ ਜਿੱਤਿਆ ਵੀ ਲੋਕਾਂ ਨੂੰ ਵਿਚਰਦਾ ਜੇ 900 ਪਿੰਡ ਉਹਦੇ ਇਲਾਕੇ 'ਚ ਪੈਂਦਾ 900 ਪਿੰਡ ਕੋਲ ਉਹ ਜਾ ਕੇ ਆਪ ਵਿਚਰਿਆ ਹੋਊਗਾ ਸੋ ਇਸ ਤਰ੍ਹਾਂ ਗੱਲ ਚੱਲੀ ਸੀ ਬਾਹਰਲੇ ਮੁਲਕਾਂ ਤੋਂ ਉੱਧਰਲੇ ਤੋਂ ਉੱਥੋਂ ਆਪਾਂ ਅੱਜ ਉਸੇ ਪੰਜਾਬ ਦੀ ਗੱਲ ਕਰਨੀ ਹੈ ਜਿਹੜੇ ਪੰਜਾਬ ਨੂੰ ਮੈਂ ਹੁਣ ਕਹਿ ਰਿਹਾ ਔਰ ਸਾਡੇ ਬਾਹਲੇ ਕਈ ਵਾਰ ਦਰਸ਼ਕ ਸਾਡੇ ਕਹਿੰਦੇ ਵੀ ਭਾਅ ਜੀ ਤੁਸੀਂ ਤਵਾ ਬੜਾ ਲਾਉਂਦੇ ਹੋ ਪੰਜਾਬ 'ਤੇ ਅਸੀਂ ਕਿ ਪੰਜਾਬ 'ਤੇ ਤਵਾ ਅਸੀਂ ਕਦੇ ਨਹੀਂ ਲਾਇਆ
ਪੰਜਾਬ ਪੰਜਾਬ ਆ ਔਰ ਪੰਜਾਬ ਦਿਲਾਂ ਦੇ ਵਿੱਚ ਵਸਿਆ ਹੋਇਆ ਸਾਡੇ ਪੰਜਾਬੀਆਂ ਦੇ। NRI ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਪੰਜਾਬੀਆਂ ਦਿਲਾਂ 'ਚ ਵਸਿਆ ਆ ਔਰ ਇਸੇ ਕਰਕੇ ਪੰਜਾਬੀ ਜਿਹੜੇ ਨੇ ਪੰਜਾਬ ਵਾਸਤੇ ਚਿੰਤਤ ਨੇ। ਪੰਜਾਬ ਨੂੰ ਲੱਖਾਂ ਰੁਪਈਆ ਭੇਜਦੇ ਨੇ, ਲੱਖਾਂ ਡਾਲਰ ਭੇਜਦੇ ਨੇ ਪੰਜਾਬ ਦੀ ਤਰੱਕੀ ਵਾਸਤੇ, ਆਪਣੇ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ, ਪੰਜਾਬ ਵਾਸਤੇ ਚਿੰਤਤ ਕਰਕੇ। ਲੋੜ ਤਵਾ ਲਾਉਂਦੇ ਹਾਂ ਉੱਥੋਂ ਦੇ ਲੀਡਰਾਂ 'ਤੇ, ਉੱਥੋਂ ਦੇ ਸਿਸਟਮ 'ਤੇ। ਪਰ ਅਸੀਂ ਤਾਂ, ਮੈਂ ਇਹ ਵੀ ਪਹਿਲਾਂ ਵੀ ਗੱਲ ਸਾਂਝੀ ਕੀਤੀ ਹੋਣੀ ਵੀ ਜਦੋਂ ਲੀਡਰ ਸਾਹਮਣੇ ਬੈਠੇ ਹੁੰਦੇ ਸੀਗੇ, ਭਗਵੰਤ ਮਾਨ ਨਾਲ ਪ੍ਰੋਗਰਾਮ ਕਰਦੇ ਸੀਗੇ, ਸਾਹਮਣੇ ਬੈਠੇ ਹੁੰਦੇ ਸੀ ਤਾਂ ਹੀ 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 ਕਰਕੇ ਤਾਂ ਬਸ ਕੋਈ ਮਤ ਕੋਈ ਅਸਰ ਨਹੀਂ, ਕੋਈ ਕੁਛ ਨਹੀਂ। ਅਤੇ ਪੁਲਿਸ ਵਾਲੇ ਦੇ ਤਵਾ ਲਾਉਂਦੇ ਸੀ, ਪੁਲਿਸ ਵਾਲੇ ਸਾਹਮਣੇ ਹੁੰਦੇ ਸੀ। ਈਵਨ ਇੱਥੋਂ ਤੱਕ ਅਸੀਂ KPS ਗਿੱਲ ਦੇ ਸਾਹਮਣੇ ਵੀ ਕਈ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, ਕਿਉਂਕਿ 91 ਦੇ ਵਿੱਚ ਜਦੋਂ ਨਵੇਂ ਨਵੇਂ ਸ਼ੁਰੂ ਹੋਏ ਪ੍ਰੋਗਰਾਮ 84 ਤੋਂ ਬਾਅਦ, ਅਤੇ ਉਦੋਂ ਫਿਰ ਸਾਡੇ ਪ੍ਰੋਗਰਾਮ ਜਿਹੜੇ ਕੋਈ ਕਲਾਕਾਰ ਹਿੱਟ ਸੀਗੇ ਉਹਨਾਂ 'ਚ ਭਗਵੰਤ ਮਾਨ ਵੀ ਸੀ, ਅਤੇ ਪ੍ਰੋਗਰਾਮ ਸ਼ੁਰੂ ਹੁੰਦੇ ਸੀ ਅਤੇ ਉੱਥੇ ਵੀ ਜਦੋਂ ਪੁਲਿਸ ਵਾਲੇ ਹੁੰਦੇ ਸੀ ਉਹ ਵੀ ਹੱਸ ਕੇ ਸਾਰਦੇ ਸੀਗੇ ਅਤੇ ਆ ਕੇ ਫਰਮਾਇਸ਼ ਕਰਦੇ ਸੀਗੇ ਵੀ ਉਹ ਦੂਸਰੀ ਜਿਹੜੀ ਤੁਸੀਂ ਸੁਣਾਉਣੀ ਉਹਨਾਂ ਨੇ ਕੁੱਤੇ ਵਾਲੀ ਪੁਲਿਸ ਵਾਲੀ ਇੰਟਰਵਿਊ ਉਹ ਸੁਣਾਓ, ਕਹਿੰਦੇ ਜੀ ਉਹ ਸੁਣਾਓ। ਅਤੇ ਉਹ ਸਾਡੇ ਜਿਹੜਾ ਸਾਹਮਣੇ ਬੈਠਾ ਨਾ ਇੱਕ ਅਫਸਰ, ਉਹ ਬਹੁਤ ਪੈਸੇ ਲੈਂਦਾ, ਉਹ ਉੱਤੇ ਢੁੱਕਦੀ ਹੈ। ਪੁਲਿਸ ਵਾਲੇ ਇੱਦਾਂ ਹੀ ਜਿਹੜੇ ਇੱਕ ਦੂਜੇ ਤੋਂ ਕਹਿ ਕੇ ਵੀ ਇਹ ਨਹੀਂ ਨਹੀਂ ਉੱਤੇ ਗੱਲ ਕਰਦੇ ਹੋਣੇ, ਉੱਤੇ ਗੱਲ ਕਰਦੇ ਹੋਣੇ, ਦੱਸੋ ਇਸੇ ਤਰ੍ਹਾਂ ਕੰਮ ਚੱਲ ਜਾਂਦਾ ਸੀਗਾ। ਅਤੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਵੈਸੇ ਪ੍ਰੋਗਰਾਮ ਦੀ ਗੱਲ ਤਾਂ ਸ਼ੁਰੂ ਹੋ ਚੁੱਕੀ ਹੈ, ਪ੍ਰੋਗਰਾਮ ਦੀ ਹੀ ਗੱਲ ਚੱਲ ਰਹੀ ਹੈ 7-8 ਮਿੰਟ ਤੋਂ, ਅਤੇ ਪ੍ਰੋਗਰਾਮ ਨੂੰ ਅੱਗੇ ਤੋੜਨ ਦੀ ਗੱਲ ਕਰਦੇ ਹਾਂ। ਵਿਸ਼ੇ ਵੱਲ ਤੁਹਾਨੂੰ ਪਤਾ, ਜਾਣ ਤੋਂ ਪਹਿਲਾਂ ਅੱਜ ਵੈਸੇ ਫਿਲਮ ਦੀ ਪ੍ਰਮੋਸ਼ਨ ਵਾਸਤੇ ਕਲਾਕਾਰਾਂ ਨੇ ਆਉਣਾ ਸੀਗਾ, ਯਾਰ ਅਨਮੁੱਲੇ ਰਿਟਰਨ ਫਿਲਮ ਰਿਲੀਜ਼ ਹੋ ਰਹੀ ਜਿਹੜੀ ਸ਼੍ਰੀ ਫਿਲਮ ਦੀ, ਅਤੇ ਉਹਦੇ ਆਰਟਿਸਟਾਂ ਨੇ ਆਉਣਾ ਸੀ ਸਕਾਈਪ 'ਤੇ, ਅਤੇ ਉਹ ਰਾਜਸਥਾਨ ਦੇ ਵਿੱਚ ਬੈਠੇ ਕਿਤੇ ਸ਼ੂਟਿੰਗ ਦੇ ਵਿੱਚ, ਕਹਿੰਦੇ ਭਾਈ ਸਾਡੇ ਤਾਂ ਨੈੱਟ ਨੁੱਟ ਨਹੀਂ ਚੱਲਦਾ ਇੱਥੇ ਜਮਾਂ ਹੀ, ਅਤੇ ਸਕਾਈਪ 'ਤੇ ਅਸੀਂ ਕਿੱਥੋਂ ਆਈਏ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਨਹੀਂ ਸਕਾਈਪ 'ਤੇ ਹੁਣ ਤਾਂ ਆਪਾਂ ਤਾਂ ਫਿਰ ਸਾਡੇ ਦਰਸ਼ਕਾਂ ਨਾਲ ਗੱਲਾਂ ਬਾਤਾਂ ਕਰ ਲਈਆਂ, ਸਾਡੇ ਵਾਸਤੇ ਉਹੀ ਸਕਾਈਪ ਹੈ। ਸੋ ਆਪਾਂ ਇਸ ਸੈਗਮੈਂਟ ਤੋਂ ਬਾਅਦ ਸਿੱਧੀਆਂ ਤੁਹਾਡੇ ਨਾਲ ਗੱਲਾਂ ਕਰਾਂਗੇ। ਵਿਸ਼ਾ ਆਪਾਂ ਪੰਜਾਬ ਦਾ ਹੀ ਅੱਜ ਰੱਖਾਂਗੇ, ਫਿਰ ਪੰਜਾਬ ਦਾ ਵਿਸ਼ਾ ਇਸ ਕਰਕੇ ਰੱਖੀਦਾ, ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਪੀੜ੍ਹੀ ਤੱਕ ਹੀ, ਕਿਉਂਕਿ ਲੱਗਦਾ ਵੀ ਸੀਮਿਤ ਰਹਿ ਜਾਣੀਆਂ, ਅਗਲੀ ਪੀੜ੍ਹੀ ਤੱਕ ਤਾਂ ਇਹ ਚੀਜ਼ਾਂ ਵਿਸਰ ਜਾਣਗੀਆਂ ਅਗਰ ਅਸੀਂ ਦੂਜੀ ਪੀੜ੍ਹੀ ਜਾਂ ਤੀਜੀ ਪੀੜ੍ਹੀ ਦੀ ਗੱਲ ਕਰੀਏ। ਪਰ ਉੱਧਰ ਜਾਣ ਤੋਂ ਪਹਿਲਾਂ ਆਪਾਂ ਇੱਕ ਦੋ ਫੋਟੋਆਂ ਨੇ ਮੇਰੇ ਕੋਲ ਅਤੇ ਦੋ ਤਿੰਨ ਵੀਡੀਓ ਨੇ, ਵੀਡੀਓ ਤਾਂ ਚੰਗੀਆਂ ਹੈਗੀਆਂ ਜੀ ਹਾਸੇ ਵਾਲੀਆਂ, ਉੱਦਾਂ ਫੋਟੋਆਂ ਜਿਹੜੀਆਂ, ਫੋਟੋ ਪਹਿਲਾਂ ਦਿਖਾ ਦਿੰਦੇ ਜੀ, ਫੇਸਬੁੱਕ ਡੱਕ ਜਿਹੜਾ ਲਿਆ। ਅਸੀਂ ਜਦੋਂ ਕਿਸੇ ਚੀਜ਼ ਦਾ ਨਾਮ ਰੱਖਦੇ ਹਾਂ, ਕੋਈ ਬਿਜ਼ਨਸ ਦਾ ਨਾਮ ਰੱਖਦੇ ਹਾਂ, ਤਾਂ ਬੜਾ ਸੋਚ ਸਮਝ ਕੇ ਰੱਖਦੇ ਹਾਂ, ਕੋਈ ਪੁੱਛ ਗਿੱਛ ਕੇ ਰੱਖਦਾ ਕਿੱਦਾਂ ਰੱਖਦਾ ਕਿੱਦਾਂ ਰੱਖਦਾ। ਅਤੇ ਆਹ ਭਾਈ ਸਾਹਿਬ ਨੇ ਆਪਣੇ ਹੋਟਲ ਦਾ ਨਾਮ ਰੱਖਿਆ ਹੋਇਆ ਹੈਗਾ, ਰੈਸਟੋਰੈਂਟ ਟਾਈਪ ਹੀ ਹੈ ਜਿਹੜੀ ਫੋਟੋ ਤੁਸੀਂ ਦੇਖੋਗੇ, ਇਹਦੇ 'ਚ ਉਹਨੇ ਆਪਣੇ ਹੋਟਲ ਦਾ ਨਾਮ ਰੱਖਿਆ, ਹੋਟਲ ਬੇਵਕੂਫ ਨੰਬਰ 1। ਹੁਣ ਇਹਦੇ ਪਿੱਛੇ ਭਾਈ ਸਾਹਿਬ ਦੀ ਪਤਾ ਨਹੀਂ ਕੀ ਸੋਚ ਲੱਗਦੀ ਹੈ ਕਿ ਬੇਵਕੂਫ ਜਾਂ ਤਾਂ ਉਹ ਆਪ ਬੇਵਕੂਫ ਨੰਬਰ 1 ਹੈ, ਜਾਂ ਉਹ ਗਾਹਕਾਂ ਨੂੰ ਬੇਵਕੂਫ ਨੰਬਰ ਬਣਾ ਕੇ ਬੇਵਕੂਫ 'ਤੇ ਫਿਰ ਪੈਸੇ ਪੂਏ ਲੁੱਟਦਾ। ਪਰ ਮੈਨੂੰ ਇਹ ਲੱਗਦਾ ਵੀ ਹਰ ਬੰਦੇ ਦਾ ਵੱਖਰਾ ਤਰੀਕਾ ਹੁੰਦਾ ਹੈ ਪ੍ਰੋਟੈਕਟ ਕਰਨ ਦਾ, ਇਹਦਾ ਵੱਖਰਾ ਤਰੀਕਾ। ਤਾਂ ਮੈਂ ਜਦੋਂ ਮਕੈਨਿਕੀ ਕਰਦਾ ਸੀਗਾ ਅਤੇ ਮੈਂ ਉੱਥੇ ਆਪਣਾ ਬੋਰਡ ਜਿਹੜਾ ਲਾਇਆ ਸੀਗਾ, ਅਤੇ ਮੈਂ ਉਹ ਵੀ ਕਾਫੀ ਚਰਚਾ ਦੇ ਵਿੱਚ ਸੀ ਉਦੋਂ, ਮੈਂ ਬੋਰਡ ਲਾਇਆ ਸੀਗਾ ਵੀ ਸਕੂਟਰ ਹੋਸਪਿਟਲ, ਅਤੇ ਥੱਲੇ ਲਿਖਿਆ ਸੀ ਡਾਕਟਰ ਜੱਗੀ, ਡਾਕਟਰ ਜੱਗੀ। ਤਾਂ ਉਹ ਵੀ ਲੋਕ ਬੜੇ ਹੈਰਾਨ ਹੁੰਦੇ ਸੀ ਵੀ ਯਾਰ ਵੱਖਰਾ ਟਾਈਟਲ ਰੱਖਿਆ। ਸੋ ਇਹ ਚੀਜ਼ਾਂ ਹੁੰਦੀਆਂ ਵੀ ਇੱਕ ਦੂਜੇ ਨੂੰ ਅਟਰੈਕਟ ਕਰਨ ਵਾਸਤੇ ਵੱਖਰਾ ਟਾਈਟਲ ਲੋਕ ਰੱਖ ਲੈਂਦੇ ਆ। ਅਗਲੀ ਫੋਟੋ ਜਿਹੜੀ ਮੈਂ ਦਿਖਾਊਂਗਾ ਜੀ, ਉਹ ਬਹੁਤ ਧਿਆਨ ਨਾਲ ਦੇਖਣ ਵਾਲੀ ਆ, ਔਰ ਉਸ ਫੋਟੋ ਤੋਂ ਸਾਡੇ ਅੱਜ ਦੇ ਲੀਡਰਾਂ ਨੂੰ ਸਿੱਖਣ ਦੀ ਬੜੀ ਲੋੜ ਹੈ। ਫੋਟੋ ਜਿੰਮੀ ਸਾਹਿਬ ਦਿਖਾ ਦਿਓ, ਇਹ ਇੱਕ ਕਾਰ ਦੀ ਫੋਟੋ ਤੁਸੀਂ ਦੇਖ ਰਹੇ ਹੋ ਜੀ, ਫੀਏਟ ਕਾਰ, ਕਾਫੀ ਪੁਰਾਣੀ। ਕਿਹਾ ਇਹ ਜਾਂਦਾ ਹੈ ਕਿ ਇਹ ਫੋਟੋ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਸੀ ਪ੍ਰਧਾਨ ਮੰਤਰੀ, ਉਹਨਾਂ ਦੀ ਕਾਰ ਦੀ ਫੋਟੋ ਹੈ, ਦੂਜੇ ਪ੍ਰਧਾਨ ਮੰਤਰੀ ਜਿਹੜੇ ਸੀਗੇ। ਲਾਲ ਬਹਾਦਰ ਸ਼ਾਸਤਰੀ ਦੀ ਕਾਰ ਦੀ ਫੋਟੋ ਹੈਗੀ ਆ, ਉਹਨਾਂ ਨੇ ਜਦੋਂ ਇਹ ਕਾਰ ਲਈ ਆ ਫੀਏਟ, ਉਦੋਂ ਕਾਰ ਦੀ ਕੁੱਲ ਕੀਮਤ ਹੁੰਦੀ ਸੀ 12,000 ਰੁਪਈਏ, ਇਹਨਾਂ ਕੋਲ ਸੀਗਾ 7,000 ਰੁਪਈਏ। ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਆਪਾਂ ਕਿਸੇ ਚੇਅਰਮੈਨ ਨਹੀਂ ਗੱਲ ਕਰਦੇ, ਕਿਸੇ ਚੇਅਰਮੈਨ ਦੀ ਕਿਸੇ ਦੇ ਪ੍ਰਧਾਨ ਮੰਤਰੀ ਗੱਲ ਕਰਦੇ, ਉਹਨਾਂ ਕੋਲ ਕਹਿੰਦੇ ਮੇਰੇ ਕੋਲ ਕੈਸ਼ ਪਿਆ 7,000, 5,000 ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਲੋਨ ਲੈ ਕੇ ਕਾਰ ਇਹ ਖਰੀਦੀ ਸੀ। ਪਰ ਕਰਨੀ ਰੱਬ ਦੀ, ਕਾਰ ਦੀਆਂ ਕਿਸ਼ਤਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ, ਕਹਿਣ ਤੋਂ ਭਾਵ ਉਹਨਾਂ ਦੀ ਉਮਰ ਪੂਰੀ ਹੋ ਗਈ, ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਆਈ ਸੈਂਟਰ ਦੇ ਵਿੱਚ, ਅਤੇ ਇੰਦਰਾ ਗਾਂਧੀ ਨੇ ਕਿਹਾ ਵੀ ਇਹ ਕਿਸ਼ਤਾਂ ਜਿਹੜੀਆਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੀਆਂ ਕਾਰ ਦੀਆਂ ਰਹਿੰਦੀਆਂ, ਸਰਕਾਰ ਭਰੂਗੀ ਜਾਂ ਮਾਫ਼ ਕਰ ਦਿਓ ਬੈਂਕ ਨੂੰ ਕਿਹਾ। ਪਰ ਕਮਾਲ ਦੀ ਗੱਲ, ਔਰ ਸਲਿਊਟ ਹੈ ਜੀ, ਸਲਿਊਟ ਐਸੇ ਬੰਦਿਆਂ ਨੂੰ, ਸਲਿਊਟ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲਾ ਸਲਿਊਟ ਹੈ। ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਕਾਰ ਦੀਆਂ ਕਿਸ਼ਤਾਂ ਮਾਫ਼ ਕਰ ਦਿੰਦੇ, ਲਾਲ ਬਹਾਦਰ ਸ਼ਾਸਤਰੀ ਸਾਹਿਬ ਦੀ ਘਰਵਾਲੀ ਕਹਿੰਦੀ ਨਹੀਂ ਜੀ, ਇਹ ਕਿਸ਼ਤਾਂ
मैं देऊंगी तो उन्हें सारिया किश्तां अपनी पेंशन दे विच्चों उतारियां। प्रधानमंत्री की गल कर रहे जी आप किसी नगर निगम दे विच किसी उहदी चेयरमैन की जां कौंसल गल नहीं कर रहे। तो हुण असीं अगर उस चीज़ नूं अज दी चीज़ नाल कंपेयर करिए तो अज साढ़े जिहड़े लीडर हैगे ने जिन्हां दे पहलां मतलब 40-40 खेत होंदे सी 40-40 एकड़ होंदे सी तो 5 साल या 10 साल दे विच ही 4000 एकड़ हो गए। जदकि तनखाह मंत्रियों की जिहड़ी हैगी आ ਉਹ ਲਗਭਗ ਇੱਕ ਮਾਸਟਰ ਜਿੰਨੀ ਹੁੰਦੀ ਆ। ਸੋ ਇਹ ਚੀਜ਼ ਜਿਹੜੀ ਹੈਗੀ ਮੈਨੂੰ ਬਹੁਤ ਵਧੀਆ ਲੱਗੀ, ਦਿਲ ਨੂੰ ਟੁੰਬਿਆ ਇਸ ਚੀਜ਼ ਨੇ। ਇਹ ਇਸ ਗੱਲ ਦਾ ਮਾਣ ਵੀ ਮਹਿਸੂਸ ਹੋਇਆ ਵੀ ਨਹੀਂ ਐਸੀ ਗੱਲ ਨਹੀਂ, ਲੀਡਰ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ, ਵਿੱਚ ਚੰਗੇ ਲੀਡਰ ਵੀ ਹੁੰਦੇ ਆ। ਸੋ ਇਸ ਕਰਕੇ ਇਹ ਫੋਟੋ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਆ। ਹੁਣ ਆਪਾਂ ਵੀਡੀਓ ਕਰਨੀ ਆ ਜੀ ਸਾਂਝੀਆਂ। ਵੈਸੇ ਕਹਿੰਦੇ ਵੀ ਕਾਮੇਡੀ ਦਾ ਜਾਂ ਮਨੋਰੰਜਨ ਦਾ ਕੋਈ ਲੌਜਿਕ ਨਹੀਂ ਹੁੰਦਾ, ਜਦੋਂ ਹਸਾਉਣਾ ਆ ਤਾਂ ਉਹ ਕਈ ਲੋਕਾਂ ਦੇ ਕੀ ਚੁਟਕਲੇ ਸੁਣਾਈ ਜਾਂਦੇ ਆ। ਇਹ ਕੋਈ ਗੱਲ ਬਣੀ ਵੀ ਇੱਕ ਕੀੜੀ ਨੂੰ ਹਾਥੀ ਦੇਖਣ ਆਇਆ ਅਤੇ ਕੀੜੀ ਨੇ ਉਹਨਾਂ ਨਾਲ ਰਿਸ਼ਤਾ ਕਰਨ ਤੋਂ ਮਨਾ ਕਰਤਾ ਵੀ ਕਹਿੰਦੀ ਹੱਥ ਮੁੰਡੇ ਦੇਖੇ ਦੰਦ ਬਾਹਰ ਹੈ, ਅਤੇ ਇਹ ਕੋਈ ਗੱਲ ਬਣੀ। ਜਦਕਿ ਇਹਦਾ ਕੋਈ ਲੌਜਿਕ ਨਹੀਂ ਹੁੰਦਾ। ਸਾਊਥ ਦੀਆਂ ਫਿਲਮਾਂ ਦੇਖੀਏ ਤਾਂ ਉਹ ਕੇਲਾ ਖਾ ਕੇ ਹੀਰੋ ਜਿਹੜਾ ਛਿੱਲੜ ਹੈ ਮਾਰਦਾ ਅਤੇ ਉਹਦੇ ਨਾਲ ਹੀ ਬੰਦਾ ਮਰ ਜਾਂਦਾ ਕੇਲੇ ਛਿੱਲੜ ਨਾਲ ਹੀ, ਅਤੇ ਉਹ ਫਿਰ ਇਸ ਕਰਕੇ ਲੌਜਿਕ ਨਹੀਂ ਹੁੰਦਾ। ਸੋ ਇਹਨਾਂ ਵੀਡੀਓ ਦਾ ਵੀ ਕੋਈ ਬੜਾ ਲੌਜਿਕ ਨਹੀਂ ਹੈਗਾ, ਐਂਟਰਟੇਨਮੈਂਟ ਵਾਸਤੇ ਮੈਂ ਤੁਹਾਡੇ ਵਾਸਤੇ ਸਾਂਝੀਆਂ ਕਰ ਰਿਹਾ। ਪਹਿਲੀ ਵੀਡੀਓ ਜਿਹੜੀ ਹੈਗੀ ਆ ਜੀ, ਉਹ ਸੀਟ ਬੈਲਟ ਅਸੀਂ ਅਕਸਰ ਲਾਉਂਦੇ ਹਾਂ। ਇਹ ਪਤਾ ਨਹੀਂ ਕਿਹੜੇ ਕੰਟਰੀ ਦੀ ਵੀਡੀਓ ਹੈਗੀ ਆ, ਆਪਣੇ ਮੁਲਕ ਦੀ ਤਾਂ ਲੱਗਦੀ ਨਹੀਂ ਹੈਗੀ। ਸੀਟ ਬੈਲਟ ਅਸੀਂ ਅਕਸਰ ਲਾਉਂਦੇ ਹਾਂ ਗੱਡੀਆਂ 'ਚ ਲਾਉਣ ਵੇਲੇ, ਕਾਰਾਂ 'ਚ ਲਾਉਣ ਵੇਲੇ, ਪਰ ਇਹ ਬੰਦਾ ਸਕੂਟਰੀ 'ਤੇ ਹੈਗਾ ਅਤੇ ਇਹ ਨਾਲ ਆਪਣੀ ਵਾਈਫ ਨੂੰ ਕਹਿ ਰਿਹਾ ਵੀ ਸੀਟ ਬੈਲਟ ਲਾ। ਉਹਨੂੰ ਸਮਝ ਨਹੀਂ ਆਉਂਦੀ ਫਿਰ ਸੀਟ ਬੈਲਟ ਕਿਵੇਂ ਲਾਉਂਦੇ ਨੇ। ਦੇਖੋ ਬੜੀ ਇੰਟਰਸਟਿੰਗ ਜੀ ਵੀਡੀਓ, ਉਸ ਤੋਂ ਬਾਅਦ ਮਿਲਦੇ ਹਾਂ। ਸੀਟ ਬੈਲਟ ਆ ਲੋ ਪਾਗਲ, ਇਹ ਹੁੰਦੀ ਹੈ ਸੀਟ ਬੈਲਟ। ਇੱਕ ਵਾਰੀ ਲਾਸਟ ਦੋਣ ਦੋ ਵਾਰੀ होती है सीट बेल्ट। वाह जी, आखिर नूं उन्हें दस ही दिता भी सीट बेल्ट की होंदी है। तो बाद दे विच मोटा बेचारा इन्ना कि सीगा भी धक्का लवा के स्कूटरी स्टार्ट करनी पई। अगली वीडियो जिहड़ी हैगी है जी, वह कई बार असी चंगा काम करने की कोशिश करते हैं तो वह कहिंदे भी उल्टा पै जांदा, ਉਲਟਾ ਪੈ ਜਾਂਦਾ ਅਤੇ ਉਲਟਾ ਇੱਦਾਂ ਪੈ ਜਾਂਦਾ। ਫਿਰ ਵੀ ਉਹ ਬੰਦਾ ਬੜੀ ਮਿਹਨਤ ਕਰਕੇ ਕੋਈ ਚੰਗਾ ਕੰਮ ਕਰਦਾ। ਜਿਵੇਂ ਉਹ ਪੁਰਾਣਾ ਜੋਕ ਨਹੀਂ ਸੀ, ਇੱਕ ਕੋਈ ਅੰਨੀ ਬੁੜੀ ਜਾ ਰਹੀ ਸੀ ਵਿਚਾਰੀ, ਕਿਸੇ ਨੇ ਮੇਰੇ ਵਰਗੇ ਨੇ ਸੋਚਿਆ ਵੀ ਚੱਲ ਇਹਨੇ ਸੜਕ ਪਾਰ ਕਰਨੀ ਹੋਣੀ ਹੈ ਤਾਂ ਸੜਕ ਪਾਰ ਕਰਾ ਤੀ, ਫੜ ਕੇ ਉਹਦਾ ਹੱਥ ਅਤੇ ਸੜਕ ਪਾਰ ਕਰਾ ਕੇ ਦੂਜੇ ਪਾਸੇ ਹਜੇ ਜਾ ਕੇ ਖੜਾਏ ਸੀ ਅਤੇ ਬੁੜੀ ਨੇ ਵੱਟ ਕੇ ਚਪੇੜ ਮਾਰੀ ਉਹਦੇ। ਉਹ ਕਹਿੰਦਾ ਵੀ ਮੈਂ ਤੈਨੂੰ ਸੜਕ ਪਾਰ ਕਰਾਈ ਹੈ ਤਾਂ ਤੂੰ ਮੇਰੇ ਵੱਟ ਕੇ ਚਪੇੜ ਮਾਰੀ। ਕਹਿੰਦੀ ਬੜੀ ਮੁਸ਼ਕਲ ਨਾਲ ਸਵੇਰ ਦੀ ਇੱਧਰ ਖੜੀ ਖੜੀ ਉੱਧਰ ਗਈ, ਤੂੰ ਮੈਨੂੰ ਲਿਆ ਕੇ ਫੇਰ ਇੱਧਰ ਛੱਡਤਾ। ਹਾਜ਼ਰਾਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤਾਂ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਪ੍ਰੋਗਰਾਮ ਜਿਹੜਾ ਹੈਗਾ ਅੱਗੇ ਵਧਾਉਂਦੇ ਹਾਂ, ਉਹਦੇ 'ਚ ਵਿਸ਼ੇ ਦੀ ਗੱਲ ਕਰਨੀ ਸੀ ਪਹਿਲਾਂ ਮੈਂ ਬ੍ਰੇਕ 'ਤੇ ਜਾਣ ਤੋਂ। ਅਤੇ ਵਿਸ਼ੇ ਦੀ ਗੱਲ ਇਹ ਹੈ ਕਿ ਅਸੀਂ ਅੱਜ ਦੀ ਪੀੜ੍ਹੀ ਦੀ ਗੱਲ ਕਰਾਂਗੇ। ਅੱਜ ਪੀੜ੍ਹੀਆਂ ਦਰ ਪੀੜ੍ਹੀਆਂ ਚੱਲਦਾ ਆਉਂਦਾ ਬੜਾ ਕੁਛ, ਅਸੀਂ ਪਿੱਛੇ 'ਚ ਕੁਰਸੀ ਨਾਮਾ ਕੀਤਾ ਸੀਗਾ ਅਤੇ ਉਹ ਵੀ ਬੜਾ ਵਧੀਆ ਰਿਹਾ ਸੀਗਾ, ਨਾਮ ਦਾਦਿਆਂ ਪੜਦਾਦਿਆਂ ਦੇ ਪਿੱਛੇ ਸੀ ਉਹ ਵੀ ਬੜੇ ਵਧੀਆ ਰਹੇ ਸੀਗੇ। ਅੱਜ ਸਾਨੂੰ ਸਾਡੇ ਮਿੱਤਰ ਨੇ ਇੱਥੇ ਹੀ ਸਾਡੇ ਨੇੜੇ ਹੀ ਉਹਨਾਂ ਨੇ ਭੇਜਿਆ, ਉਹ ਵੈਸੇ ਭੇਜਦੇ ਰਹਿੰਦੇ ਬਹੁਤ ਵਧੀਆ ਗੱਲਾਂ ਬਾਤਾਂ, ਅਤੇ ਅੱਜ ਉਹਨਾਂ ਨੇ ਵੀ ਇੱਕ ਸਾਨੂੰ ਲੇਖ ਭੇਜਿਆ ਸਾਡੀ ਪੀੜ੍ਹੀ। ਇਸ ਪੀੜ੍ਹੀ ਨੇ ਜੋ ਕੁਛ ਦੇਖਿਆ, ਜੇ ਇਸ ਦੀ ਗੱਲ ਕਰੀਏ, ਇਸ ਪੀੜ੍ਹੀ ਜਿਹੜੀ ਹੁਣ ਚੱਲ ਰਹੀ ਆਪਣੀ, ਇਸ ਪੀੜ੍ਹੀ ਤੋਂ ਭਾਵ ਇਹ ਆ ਵੀ 40-45 ਸਾਲ ਦਾ ਤੋਂ ਲੈ ਕੇ ਬੰਦੇ ਤੋਂ ਜਿਹੜਾ ਕੋਈ ਬਜ਼ੁਰਗ ਹੈਗੇ ਉਹਨਾਂ ਤੱਕ, ਉਹਨਾਂ ਦਾ ਕਹਿਣਾ ਇਹ ਵੀ ਜੋ ਇਸ ਪੀੜ੍ਹੀ ਨੇ ਦੇਖਿਆ ਅਗਲੀਆਂ ਪੀੜ੍ਹੀਆਂ ਨੂੰ ਕੀ ਕਿਸੇ ਨੂੰ ਵੀ ਉਹ ਚੀਜ਼ ਦੇਖਣ ਨੂੰ ਨਹੀਂ ਮਿਲਣੀ। ਜੋ ਕੁਛ ਇਸ ਪੀੜ੍ਹੀ ਦੌਰਾਨ, ਇਸ ਪਿਛਲੇ 50-60 ਸਾਲ ਦੌਰਾਨ ਹੋਇਆ, 70 ਸਾਲ ਦਾ ਦੌਰਾਨ ਹੋਇਆ, ਆਜ਼ਾਦੀ ਦੀ ਗੱਲ ਕਰ ਲਈਏ, ਇੱਕ ਤਾਂ ਆਜ਼ਾਦੀ ਹੋਈ ਇਹਦੇ ਵਿੱਚ, ਉਦੋਂ ਬਾਅਦ ਤਬਦੀਲੀਆਂ ਜਿਹੜੀਆਂ ਜਿੰਨੀਆਂ ਕੁ ਹੋਈਆਂ ਉਹ ਵੀ ਹੈਰਾਨੀ ਕੁਨ ਗੱਲ ਹੈ। ਜਿਹੜੇ ਅੱਜ ਬਜ਼ੁਰਗ ਨੇ, ਜੇ 50-60 ਸਾਲ ਦੇ ਲਾ ਲਓ, ਬਜ਼ੁਰਗ ਨਹੀਂ 50-60 ਸਾਲ ਦੇ ਹੁੰਦੇ ਸਰ, ਜਿਹੜੇ 80-90 ਸਾਲ ਦੇ ਬਜ਼ੁਰਗ ਨੇ ਜਾਂ ਜਿਹੜੇ 50-60 ਸਾਲ ਦੇ ਲੋਕ ਨੇ, ਉਹ
उन्होंने भी किन्नियां तब्दीलियां देखियां। कहण तो भाव आ भी असी, मैं अपनी गल करा, अधखड़ जे मेरे अर्गे है तो वह असी उस समय तो लैके जो फोन हुंदा ही नहीं, सुरत संभाल तो बाद फोन हुंदा ही नहीं, फोन का नाम नहीं सुने से भी हौली हौली आए पिंडां दे विच जां शहर जांदे हुंदे सी, एसटीडी हुंदी सी, सॉरी डाकखाने दे विच बुक करना पैंदा हुंदा सी फोन, तो फिर पिंड च एक आ गया। तो ये पीढ़ी ने सिर्फ ये चीज़ देखी है, जो फोन बिल्कुल नहीं हुंदे सी, लोगों को पैदल जाके सुनेहे देने पैंदे सी, लोगों को आप जाके दसना पैंदा हुंदा सी आ चीज़ होगी, आ होगी या नहीं होगी। तो इस पीढ़ी ने ही दुनिया के लेटैसट फोन जिहड़े ने टच स्क्रीन जिन्हों असीं कह दिंदे आ वो देखे है, इस पीढ़ी ने यही पीढ़ी हैगी है जी कि अगली पीढ़ियों ये देखने नहीं मिलना कि जिन्ह के पैदल जाने तो लैके जो तो पैदल जाते लोग पैदल जाने तो लैके उस तो बाद गल करिए बैलगड्डिया आ गई, सैकल आ गए, तो उस तो बाद अगर असी गल करिए अज महंगिया तो महंगिया गड्डिया तो हवाई जहाज चलो आ गए, हवाई जहाज तो उदों भी हो गए पर उदों देखे नहीं होणगे किसी ने, ये भी इस पीढ़ी ने ही देखे है। बैलगड्डिया मेरे ख्याल अगली पीढ़ी देखने आने वाले नहीं मिलनिया, और बैलगड्डिया तो लैके सुपरसोनिक जेट तक जोड़े आ इस पीढ़ी ने देखे है, महंगे फोन देखे आ। तो दूजा जोड़ा यही पीढ़ी हैगी है जी अगले अगलिया पीढ़ियों देखने नहीं मिलना, जिन्ह ने डाकखाने के तार टैलीग्राम जिन्होंने असं कहने वो देखी आ, बरंग चिट्ठिया देखिया। तो उस तो बाद अगर गल करिए उस अज का जोड़ा जमाना वह भी देखा है, जो चिट्ठिया सब कुछ खत्म हो गया, सिर्फ बैल ही आते हैं चिट्ठिया के, अजक मैसेज धड़ा धड़ वट्सअप वगैरह ये भी इस पीढ़ी ने ही देखा। अगला हैगा जी इस पीढ़िया ने जी इस पीढ़ी ने मिट्टी गारे के घर घर बैठ के राजा राणे दहानियां सुनिया, स्टील के गलासों चाह बाटिया के चाह पीती है। तो इस पीढ़ी ने ही अज CCD वगैरह या स्टार का बक कह लिए सारे उत्थे बैठ के चाह कॉफी पीती है। तो फिल्मों का उदों तो घर भी नहीं देखिया, कहीं बाहर भी जाए जो कहीं फिल्म किसी ने देख लेनी किसी पिंड के बंदे ने, तो वह सब तो वड्डी प्राप्ति होंदी सी लै भी फिल्म देख ली असी बाहर जाके। सो ये भी सारा कुछ इस पीढ़ी ने ही देखिया। तो असी कहते वो लोग हाँ जिन्होंने दोस्तों नाल वाइट दी खेड़ा खेड़िया, निक्के होंदे गुल्ली डंडा पिट्ठू गर्म बांदर किला ये सारिया खेडा खेडिया इस पीढ़ी ने ही, जिहड़ियां आह गेम अजकल दियां वह भी देखियां सारियां, क्रिकेट हॉकी सारा कुछ हो गया जो ओलंपिक हैगे ने। तो आ गुल्ली डंडे वगैरह अगली पीढ़ी में तो खैर सुनन भी शायद ना मिलन, देखने का बहुत दूर की गल है। यह सारा कुछ है जी बहुत कुछ, और मैं यही चाहवागा कि साढ़े जोड़े दर्शक आप अज गलबात करिए भी होर कि चीज़ा है जिड़िया इस पीढ़ी ने देखिया, तो आने वाली पीढ़ी तक वो चीज़ा खत्म हो जाएगी, जिमें असी अज गल करते हैं साढ़े बजुर्ग गल करते होंगे सके जी, असी आना पा के जेब जाते होंगे सी, मेला देख के फिर भी पैसे मुड़े आते होंगे सके, तो और कणक कुणक की गल करिए असी अज ये गल करते साढ़े बजुर्ग हूँ अज असी बच्चों को गल करते हैं आह चीज़ होंगी सी आह होंगी सी बैलगड्डी होंगी सी, तो आने वाले बच्चे शायद उन्होंने को गल भी कुछ कर ना हो। सो असी अज पीढ़ी की गल करते हैं जिहड़ियां चीज़ा विसर गई, तो विसर गई चीज़ा तो तुहाड़ियां कालां जाण तो पहला मैं जरूर एक वीडियो जिहड़ी हैगी आ वो दिखाउणी चाहुंदा, उहदे विच जिहड़ा वो कि पार्ट ने खूह दे वह भी तुहाडे कोल जानना चाहूँगा। ये वीडियो देखो जी, ये भी असी गल पुरानी आ गई, पुरानियां गल्लां करते हैं, खूह भी पुराना हैगा साडे पिंडां दा, और टक 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 की आवाज़ जिहड़ी खूह दी आउंदी आ वो कितनी प्यारी लगती हुंदी सी, ठंडे ठंडे खेत ठंडियां ठंडियां हवावां तो उपर दरख्त के आले दुआले खूह का पानी एक नज़ारा वखरा हुंदा सी। छोटी जी वीडियो देखो जी, उस तो बाद फिर आप कालां वाले पासे चलांगे, कालां तुसीं कर सकते हो और आप पिंडां दीआं गल्लां काल नाल कर सकते हैं जी। जिवें वीडियो दिखा रहे जी, अज याद कर रहे हैं आप उन्होंने चीज़ों खास तौर पर जिहड़ियां
इस पीढ़ी ने देखिया ने, अगली पीढ़ी वो चीज़ा नहीं देखेगी या नहीं सुनेगी। केड़ियाँ ऐसा चीज़ा होर हो सकदियाँ जा हैगियाँ ने, वो चीज़ा तुम साझिया कर सकते हो। आप कॉलों सिलसिला शुरू करते हैं। सब तो पहला गुरमेल सिंह जी धीर साहब, उन्हों की कॉल आप लै लें। जी धीर साहब, सत श्री अकाल जी, बहुत बहुत स्वागत। हाँ जी, सरदार जगतार सिंह जी, सत श्री अकाल, सारे भैन भरावों की सत श्री अकाल जी। जी जी, बहुत बहुत स्वागत जी। तो पहला कोई अपडेट हैगी तो कर दो जी। दोनों लग गई बस जो जल्दी का भाव देखेंगे आपे लगाउंगे जाके। ਤੇ ਹੁਣ ਕਿੰਨੇ ਕੁ ਪਰਸੈਂਟ ਲੋਕ ਹੈਗੇ ਜੀ ਜਿਹੜੇ ਹਜੇ ਵੀ ਨਹੀਂ ਲਵਾ ਰਹੇ, ਨਹੀਂ ਲਵਾਉਣੀ ਚਾਹੁੰਦੇ? ਹਜੇ ਵੀ ਹੈਗੇ ਨੇ ਕੋਈ 18-19% ਲੋਕ, 20% ਹੈਗੇ ਨੇ। ਅੱਛਾ ਜੀ, ਸਾਰੀਆਂ ਕਮੇਟੀਆਂ ਦੇ ਵਿੱਚ ਸਾਡੇ ਵੀ ਨੇ, ਗੋਰੇ ਵੀ ਆ, ਕਾਲੇ ਵੀ ਆ। ਅੱਛਾ, ਹੁਣ ਇਲੈਕਸ਼ਨ ਹੋ ਰਹੇ ਨੇ, ਤੁਸੀਂ ਦੇਖੋ ਬੜੇ ਹੈਰਾਨ ਹੋਈਦਾ ਜੀ, ਟਰੂਡੋ ਤੇ ਆਪਣੇ ਸਰਦਾਰ ਜਗਮੀਤ ਸਿੰਘ ਦੇ ਖਿਲਾਫ ਮੁਜ਼ਾਹਰੇ ਕਰਦੇ ਨੇ, ਕਿਉਂਕਿ ਇਹ ਦੋਨੋਂ ਵੈਕਸੀਨੇਸ਼ਨ ਦੇ ਹੱਕ ਵਿੱਚ ਨੇ, ਤੇ ਐਂਟੀ ਵੈਕਸੀਨੇਸ਼ਨ ਲੋਕ ਜਿਹੜੇ ਨੇ ਉਹ ਮੁਜ਼ਾਹਰੇ ਕਰਦੇ ਆ ਵੀ ਅਸੀਂ ਟੀਕਾ ਨਹੀਂ ਲਵਾਉਣਾ। ਇਹਨਾਂ ਦੇ ਖਿਲਾਫ ਵੀ ਤੁਸੀਂ ਨਹੀਂ, ਮਤਲਬ ਇਹ ਕਿਹੜੇ ਲੋਕ? ਅੱਛਾ, ਸਾਡੇ ਵੀ ਇੱਥੇ ਅਮਰੀਕਾ 'ਚ ਵੀ ਹੈਗੇ ਨੇ, ਉਹ ਕਿਹੜੇ ਲੋਕ ਨੇ ਜੀ ਉਹ ਜਿਹੜੇ ਇਸ ਤਰ੍ਹਾਂ ਚਾਹੁੰਦੇ ਨੇ? ਅਸੀਂ ਅਗਰ ਪੂਰੀ ਦੁਨੀਆ ਦੀ ਗੱਲ ਕਰੀਏ ਜਿਹੜੇ ਵੈਕਸੀਨ ਨਹੀਂ ਲਵਾਉਣੀ ਚਾਹੁੰਦੇ, ਕਿ ਕਿਸ ਤਰ੍ਹਾਂ ਦੇ ਲੋਕ ਨੇ, ਕਿਹੜੀ ਕਮਿਊਨਿਟੀ ਦੇ ਲੋਕ ਜ਼ਿਆਦਾ? ਬਹੁਤੇ ਤਾਂ ਮਜ਼ਾਰਿਆਂ ਦੇ ਵਿੱਚ ਆਪਣੇ ਲੋਕ ਤਾਂ ਘੱਟੇ ਮਜ਼ਾਰਿਆਂ ਜਾਂਦੇ ਨੇ, ਪਰ ਪਾਪੂਲੇਸ਼ਨ ਇਹਨਾਂ ਦੀ ਵੀ ਹੈਗੀ ਆ। ਬਹੁਤੇ ਲੋਕ ਜਿਹੜੇ ਹੈਗੇ ਆ ਉਹ ਗੋਰੇ ਆ ਜੀ, ਮਜ਼ਾਰੇ ਕਰਦੇ। ਅੱਛਾ, ਗੋਰੇ ਆ ਜੀ, ਹਾਂ ਜੀ। ਪਰ ਜਿਨ੍ਹਾਂ ਨੂੰ ਵੈਕਸੀਨੇਸ਼ਨ ਨਹੀਂ ਲਵਾਈ, ਸਾਰੀ ਕਮਿਊਨਿਟੀਆਂ ਦੇ ਵਿੱਚ ਹੈਗੇ ਨੇ। ਅੱਛਾ, ਸਾਡੇ ਤਾਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਯਾਦ ਇੱਕ ਵਾਰੀ, ਤਾਂ ਉਹ ਇੱਥੇ ਸ਼ੈਰਿਫ ਨੇ ਉਹ 600 ਇਕੱਠਾ ਗਰੁੱਪ ਇੱਕ ਪਤਾ ਨਹੀਂ ਕਿੱਦਾਂ ਬਣਿਆ ਹੋਇਆ, ਤਾਂ ਉਹ ਲਵਾਉਣ ਦੇ ਹੱਕ 'ਚ ਹੈ ਨਹੀਂ। ਕਹਿੰਦੇ ਜੀ ਅਸੀਂ ਜੋਬ ਛੱਡ ਦਿਆਂਗੇ ਜੇ ਸਾਨੂੰ ਫੋਰਸ ਕਰੋਗੇ। ਦੇਖੋ, ਇਹਦਾ ਵੈਕਸੀਨੇਸ਼ਨ ਤਾਂ ਲਗਾਉਣੀ ਚਾਹੀਦੀ ਹੈ ਜੀ, ਲੋਕਾਂ ਦੀ ਜਾਣਕਾਰੀਆਂ ਦਾ ਵੀ ਸਵਾਲ ਆ। ਤੁਸੀਂ ਹੈਰਾਨ ਹੋ ਕਿ ਸਾਡੇ ਨਰਸਾਂ ਨੂੰ ਵੀ ਨਹੀਂ ਨਹੀਂ ਲਵਾਏ ਸੀ ਟੀਕੇ, ਕਈਆਂ ਨੇ ਨਹੀਂ ਲਵਾਏ ਸੀ। ਹਾਂ, ਗੌਰਮੈਂਟ ਨੇ ਸਖਤੀ ਕੀਤੀ ਆ, ਤੇ ਲੋਕੀ ਤਾਂ ਕਹਿੰਦੇ ਕਿ ਇਹਨਾਂ ਤੋਂ ਫਿਰ ਟੀਕੇ ਕੀ ਲਵਾਈ, ਇਹ ਆਪ ਹੀ ਨਹੀਂ ਟੀਕੇ ਲਵਾਉਂਦੇ। ਇਹ ਤਾਂ ਹੈ ਜੀ, ਪਰ ਹੁਣ ਸਖਤੀ ਕੀਤੀ ਆ, ਵੈਕਸੀਨੇਸ਼ਨ ਸਰਟੀਫਿਕੇਟ ਬਣਾਉਣੇ ਪੈਣੇ ਇਹਨਾਂ ਨੂੰ, ਕੋਈ ਵੀ ਫੰਕਸ਼ਨ 'ਤੇ ਜਾਣ ਵਾਸਤੇ ਜਾਂ ਹੋਸਪਿਟਲਾਂ ਦੇ ਵਿੱਚ ਵੀ ਹੁਣ ਧੜਾਧੜ ਲਵਾ ਰਹੇ ਨੇ ਜਾ ਕੇ। ਇਹ ਤੁਸੀਂ ਇੱਕ ਲਫ਼ਜ਼ ਵਰਤਿਆ ਸੀ ਪਹਿਲਾਂ, ਬਈ ਜੰਡੀ ਦਾ ਭੌਣ ਦਿਸੂਗਾ ਤੇ ਆਪੇ ਲਵਾਉਣਗੇ, ਜੰਡੀ ਦਾ ਭਈ ਕੀ ਕਹਾਵਤ ਹੈਗੀ ਜੀ ਇਹਦੇ ਬਾਰੇ, ਅਗਰ ਗੱਲ ਹੋ ਜਾਵੇ ਜਦੋਂ ਜਿਵੇਂ ਕਹਿ ਲਿਆ ਮੱਛੀ ਪੱਥਰ ਚੱਕ ਕੇ ਮੁੜਦੀ ਨਹੀਂ। ਜੰਡੀ ਦਾ ਭੌਣ ਕੀ ਹੁੰਦਾ? ਜੰਡੀ ਨਹੀਂ ਭੌਣ, ਆਪਾਂ ਕੀੜੀਆਂ ਦਾ ਭੌਣ ਦੇਖਿਆ ਆਮ ਤੌਰ 'ਤੇ। ਵੈਸੇ ਜੰਡੀ ਦਾ ਭੌਣ ਕਿਹੜਾ ਹੁੰਦਾ? ਕੋਈ ਜੰਡੀ ਜਿਹੜਾ ਇੱਕ ਦਰਖਤ ਹੁੰਦਾ ਸੀ ਜਾਂ ਕੁਛ? ਇਹ ਕਹਾਵਤ ਹੀ ਬਣੀ, ਜਦੋਂ ਕਿਸੇ ਕਹਿ ਮਸੀਤ ਪੈਂਦੀ ਹੈ ਨਾ ਅਖੀਰ ਤੱਕ, ਇਹ ਉਹਨੂੰ ਕਹਿੰਦੇ ਨੇ ਜੰਡੀ ਦਾ ਭੌਣ। ਬਾਕੀ ਆਪਣੇ ਹੋਰ ਭੈਣ ਭਰਾ ਵੀ ਦੱਸ ਸਕਦੇ ਆ। ਹਾਂਜੀ ਹਾਂਜੀ ਹਾਂਜੀ, ਚਲੋ ਤੇ ਇਹ ਬਜ਼ੁਰਗਾਂ ਨੂੰ ਸੁਣਦੇ ਆਏ ਆ। ਮੱਛੀ ਪੱਥਰ ਚੱਕ ਕੇ ਮੁੜਦੀ ਹੈ। ਹਾਂਜੀ ਹਾਂਜੀ ਹਾਂਜੀ। ਅੱਛਾ, ਅਸੀਂ ਗੱਲ ਕਰ ਰਹੇ ਸੀਗੇ ਜੀ ਵੀ ਜਿਹੜੇ ਪਿੰਡਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਇਸ ਪੀੜ੍ਹੀ ਨੇ ਦੇਖੀਆਂ, ਅਗਲੀ ਪੀੜ੍ਹੀ ਨੂੰ ਦੇਖਣ ਨੂੰ ਨਹੀਂ ਮਿਲਣਗੀਆਂ, ਜਿਵੇਂ ਅਸੀਂ ਬੈਲ ਗੱਡੀਆਂ ਵੀ ਦੇਖੀਆਂ ਆ, ਅਤੇ ਚਲੋ ਦੂਜੀਆਂ ਗੱਡੀਆਂ ਵੀ ਦੇਖੀਆਂ, ਅਤੇ ਹੋਰ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਤੁਸੀਂ ਮਾੜਾ ਹੋਲਡ ਰੱਖਿਓ? ਕਿਹੜੀਆਂ ਚੀਜ਼ਾਂ ਲੱਗਦੀਆਂ ਜੀ ਇਸ ਤਰ੍ਹਾਂ ਦੀਆਂ? ਅੱਛਾ, ਮੈਂ ਪਹਿਲਾਂ ਦੱਸਣਾ ਚਾਹੁੰਦਾ ਜੀ ਕਿ ਅਸੀਂ 1965 ਦੀ ਜੰਗ ਦੇਖੀ ਆ। ਅੱਛਾ, ਮੈਂ ਉਦੋਂ ਮੇਰੇ ਖਿਆਲ 8ਵੀਂ ਜਾਂ 9ਵੀਂ 'ਚ ਪੜ੍ਹਦਾ ਸੀ, ਉਦੋਂ ਮੈਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ, ਮੈਂ ਇਹਨਾਂ ਦਾ ਬੜਾ ਰਿਸਪੈਕਟ ਕਰਦਾ, ਇਹਨਾਂ ਦਾ ਆਦਰ ਦੇ ਨਾਲ ਨੌਲੇਜ ਨਾ। ਬਿਲਕੁਲ ਜੀ, ਉਹ ਲੋਕਾਂ ਨੂੰ ਜਦੋਂ ਆ ਕੇ ਬੋਲਦੇ ਹੁੰਦੇ ਸੀ ਨਾ, ਪਾਕਿਸਤਾਨ ਨਾਲ ਲੜਾਈ ਲੱਗੀ ਹੋਈ ਸੀ ਤਾਂ ਸਾਰਾ ਹਿੰਦੁਸਤਾਨ ਰੇਡੀਓ 'ਤੇ ਜੁੜ ਜਾਂਦਾ ਸੀ, ਉਸ ਜ਼ਮਾਨੇ 'ਚ ਜ਼ਿਆਦਾ ਰੇਡੀਓ ਹੁੰਦੇ ਸੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਇਹ ਸੱਚ ਬੋਲਦੇ ਸੀ। ਹਾਂਜੀ ਹਾਂਜੀ, ਮਾੜਾ ਹੋਲਡ ਜੀ ਧੀਰ ਸਾਹਿਬ। ਹਾਂਜੀ, ਇਹਨਾਂ ਦੀ ਖਾਸੀਅਤ ਸੀ ਇਹ ਝੂਠ ਨਹੀਂ ਸੀ ਬੋਲਦੇ ਜੀ, ਤੇ ਸੱਚ ਬੋਲਦੇ ਸੀ। ਇੱਕ ਵਾਰੀ ਇਹਨਾਂ ਦੀ ਵਾਈਫ ਫ੍ਰਿਜ ਲੈ ਕੇ ਆ ਗਈ ਘਰ ਦੇ ਵਿੱਚ, ਤੇ ਲਾਲ ਬਹਾਦਰ ਸ਼ਾਸਤਰੀ ਉਦੋਂ ਵਿਦੇਸ਼ੀ ਦੌਰੇ ਤੇ ਗਏ ਹੋਏ ਸੀ, ਤੇ ਉਹ ਜਦੋਂ ਵਾਪਸ ਆਏ ਉਹ ਕਹਿੰਦੇ ਵੀ ਇਹ ਕੀ ਆ, ਇਹ ਕਹਿੰਦੀ ਜੀ ਠੰਡਾ ਤੇ ਗਰਮ ਰੱਖਣ ਵਾਲੀ ਹੈ। ਅੱਛਾ ਜੀ, ਅੱਛਾ, ਉਹ ਕਹਿੰਦੇ ਵੀ ਤੈਨੂੰ ਪਤਾ
ਹਿੰਦੁਸਤਾਨ ਦੇ ਵਿੱਚ ਕਿੰਨੇ ਲੋਕ ਕਰੋੜਾਂ ਲੋਕ ਸੜਕਾਂ ਤੇ ਸੌਂਦੇ ਨੇ, ਰੇਲਵੇ ਸਟੇਸ਼ਨਾਂ ਤੇ ਸੌਂਦੇ ਨੇ। ਮਾੜਾ ਹੋ ਰੱਖੋ ਜੀ ਜੀ ਧੀਰ ਸਾਹਿਬ, ਆਪਾਂ ਸ਼ੋਰ ਦੇ ਵਿੱਚ ਕਰ ਲਈ ਗੱਲਾਂ ਬਹੁਤ ਸਾਰੀਆਂ ਭਰ ਗਈਆਂ ਜੀ। ਤੇ ਤੂੰ ਜਾ ਕੇ ਇਸ ਫ੍ਰਿਜ ਨੂੰ ਵਾਪਸ ਕਰਕੇ ਆ, ਉਹ ਵਾਪਸ ਕਰਵਾਈ। ਅੱਛਾ ਜੀ, ਵਾਹ ਜੀ। ਤੇ ਬਾਅਦ ਦੇ ਵਿੱਚ ਸਿੱਖਾਂ ਦਾ ਜੇ ਕਿਸੇ ਨੇ ਕਦਰ ਪਾਈ ਹੈ ਨਾ, ਉਸ ਫੈਟ ਦੇ ਵਿੱਚ ਜਿਹੜੇ ਸਾਡੇ ਫੌਜੀ ਲੜੇ ਸੀ, ਹਾਂਜੀ, ਇਸ ਲਾਲਵਾ ਸ਼ਾਸਤਰੀ ਨੇ ਆਪਾਂ ਸਾਰਿਆਂ ਨੂੰ ਪਤਾ ਕਿ ਗੁਜਰਾਤ ਦੇ ਵਿੱਚ ਜ਼ਮੀਨਾਂ ਦਿੱਤੀਆਂ, ਜਿਹੜਾ ਮੋਦੀ ਉਜਾੜ ਦਿੱਤਾ ਜਾਂ ਉਜਾੜ ਰਿਹਾ ਜਾ। ਜੀ ਜੀ ਹਾਂਜੀ, ਮਾੜਾ ਹੋ ਰੱਖੋ ਜੀ, ਮਾੜਾ ਮਾਫੀ ਚਾਹੁੰਦਾ ਜੀ। ਡਾਕਟਰ ਸਾਹਿਬ, ਆਪਾਂ ਇਹਦੇ 'ਚ ਕਰੀਏ, ਇਹਦੇ ਬਾਰੇ ਆਪਾਂ ਚੀਜ਼ਾਂ ਜਿਹੜੀਆਂ ਅਸੀਂ ਗੱਲ ਕਰਦੇ ਸੀ ਪੁਰਾਣੀਆਂ। ਅੱਜ ਤੁਸੀਂ ਉਹ ਗੱਲ ਕੀਤੀ ਆ, ਮੈਂ ਆਪਣੀ ਜ਼ਿੰਦਗੀ 'ਚ ਬੜੀ ਤਬਦੀਲੀ ਦੇਖੀ ਆ ਜੀ। ਸਾਡੇ ਜ਼ਮਾਨੇ 'ਚ ਪਿੰਡ ਦੇ ਵਿੱਚ ਰੇਡੀਓ ਵੀ ਨਹੀਂ ਸੀ ਹੁੰਦਾ। ਅੱਛਾ ਜੀ। ਅਤੇ ਫਿਰ ਰੇਡੀਓ ਆਏ, ਟੈਲੀਵਿਜ਼ਨ ਵੀ ਆ ਗਏ, ਅਤੇ ਟੈਲੀਗ੍ਰਾਮ ਤਾਂ ਆਪ ਡਾਕਖਾਨੇ ਜਾ ਕੇ ਦਿੱਤੀਆਂ ਵੀ ਹੋਈਆਂ ਨੇ। ਅੱਛਾ, ਆਪਾਂ ਗੱਲ ਕਰਦੇ ਸੀ ਵੀ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਪੀੜ੍ਹੀ ਨੂੰ ਕਿਹੜੀਆਂ ਚੀਜ਼ਾਂ ਹੋਰ ਨਹੀਂ ਦੇਖਣ ਨੂੰ ਮਿਲ ਸਕਦੀਆਂ, ਜਿਵੇਂ ਹੁਣ ਆਪਣੇ ਦੇਖਦਿਆਂ ਦੇਖਦਿਆਂ ਕਿੰਨਾ ਕੁਛ ਖਤਮ ਹੋ ਗਿਆ, ਮੋਬਾਈਲ ਨੇ ਆ ਕੇ ਬੜਾ ਕੁਛ ਖਤਮ ਕਰ ਦਿੱਤਾ। ਅਗਲੀ ਪੀੜ੍ਹੀ ਨੂੰ ਅਸੀਂ ਅਗਰ ਅੱਜ ਤੋਂ 15-20 ਸਾਲ ਬਾਅਦ ਦੀ ਗੱਲ ਕਰੀਏ, 10 ਸਾਲ ਬਾਅਦ ਦੀ ਗੱਲ, ਕਿਹੜੀਆਂ ਚੀਜ਼ਾਂ ਹੋਰ ਐਸੀਆਂ ਨੇ ਜਿਹੜੀਆਂ ਖਤਮ ਹੋ ਸਕਦੀਆਂ, ਉਹਨਾਂ ਨੂੰ ਨਹੀਂ ਦੇਖਣ ਨੂੰ ਮਿਲਣਗੀਆਂ? ਜਿਹੜੀਆਂ ਨੇ ਜੀ, ਆਪਾਂ ਕਾਰਾਂ ਹੁਣ ਆਪ ਚਲਾਉਂਦੇ ਹਾਂ। ਹਾਂਜੀ, ਹਾਂ, ਇਹ ਵੀ ਡਰਾਈਵਰ ਇਹ ਕਾਰਾਂ ਹੁਣ ਅੱਗੇ ਨੂੰ ਜਿਹੜੀਆਂ ਆਪਣੇ ਆਪ ਚੱਲਿਆ ਕਰਨਗੀਆਂ, ਇਹ ਪੁੱਛਿਆ ਕਰਨਗੇ ਹੁਣ ਪਹਿਲਾਂ ਦੀਆਂ ਪੀੜ੍ਹੀਆਂ ਤੋਂ ਇਹ ਕਾਰਾਂ ਕਿਵੇਂ ਚੱਲਦੀਆਂ ਹੁੰਦੀਆਂ ਸੀ। ਹਾਂਜੀ, ਜਿਹਨੂੰ ਹੁਣ ਉਹ ਕੀ ਕਹਿੰਦੇ ਨੇ, ਕਿਹੜਾ ਨਾਂ ਦਿੱਤਾ ਇਹਨਾਂ ਨੇ ਕਾਰਾਂ ਦਾ, ਜਿਹੜੀਆਂ ਆਪਣੇ ਬਿਜਲੀ ਨਾਲ ਚੱਲਣਗੀਆਂ, ਸੈਲਫ ਡਰਾਈਵ ਹੁੰਦੀਆਂ, ਉਹ ਆਪੇ ਚੱਲਦੀਆਂ। ਹਾਂ, ਸੈਲਫ ਡਰਾਈਵ, ਇਸ ਤਰ੍ਹਾਂ ਟਰੱਕ ਹੋਣਗੇ। ਚਲੋ ਮੇਰ, ਹਾਂਜੀ, ਟੈਕਸੀਆਂ ਵੀ ਇੱਦਾਂ ਦੀਆਂ ਦੁਬਈ ਤਾਂ ਆ ਗਈਆਂ ਜਿਹੜੀਆਂ ਆਪੇ ਚੱਲਦੀਆਂ, ਏਅਰ ਟੈਕਸੀ ਵੀ ਆ ਗਈ, ਜਹਾਜ਼ ਜਿਹੜੇ ਹੁੰਦੇ। ਚਲੋ ਮੇਰ, ਵਧਣਾ ਬੰਦਾ। ਚਲੋ ਬਹੁਤ ਮਿਹਰਬਾਨੀ ਜੀ, ਬੜਾ ਕੁਛ ਖਤਮ ਹੋ ਰਿਹਾ ਅਤੇ ਬੜਾ ਕੁਛ ਅੱਗੇ ਦੇਖਣ ਨੂੰ ਹੋਰ ਮਿਲ ਰਿਹਾ, ਬੜਾ ਕੁਛ। ਅਤੇ ਕਾਲਾਂ ਬਹੁਤ ਸਾਰੀਆਂ ਜਿਹੜੀਆਂ ਆਈਆਂ ਨੇ ਅਤੇ ਬਹੁਤ ਸਾਰੀਆਂ ਆਈ ਜਾਂਦੀਆਂ ਨੇ ਕਾਲਾਂ ਅੱਜ ਧੜਾ ਧੜ, ਕਿਉਂਕਿ ਸ਼ੁੱਕਰਵਾਰ ਵੈਸੇ ਵੀ ਦੇਖਿਆ ਕਿ ਪੰਜਾਬ ਦੀ ਗੱਲ ਕਰੀ ਤਾਂ ਬਹੁਤ ਸਾਰੀਆਂ ਕਾਲਾਂ ਹੁੰਦੀਆਂ ਜੀ। ਸਤਿ ਸ਼੍ਰੀ ਅਕਾਲ ਜੀ, ਸਾਹਿਬ ਮਨਜੀਤ ਸਿੰਘ ਜੀ ਜੀ, ਕੀ ਕਹਿਣਾ ਚਾਹੁੰਦੇ? ਇਹ ਹੁਣ ਜਿਹੜੇ ਟੀਕੇ ਲੱਗੇ ਆ, 50% ਪਲੱਸ ਹੋ ਗਏ ਆਪਣੇ ਅਮਰੀਕਾ 'ਚ। ਹਾਂਜੀ, ਅਤੇ ਉਹਦੇ ਵਿੱਚ ਆ ਵੀ ਇੰਨੀ 1.5 ਮਿਲੀਅਨ ਟੀਕਾ ਖਰਾਬ ਵੀ ਹੋਇਆ, ਜਿਹੜੇ ਲੋਕ ਫਾਰਮੈਸੀਆਂ 'ਚ ਟੀਕੇ ਜਾਂਦੇ ਸੀ, ਬਾਅਦ 'ਚ ਅਪੁਆਇੰਟਮੈਂਟਾਂ ਦੇ ਨਹੀਂ ਗਏ, ਕੁਛ ਟੀਕੇ ਖਰਾਬ ਹੋਏ ਆ ਜਾਂ ਕੁਛ ਵੀ, 1.5 ਮਿਲੀਅਨ ਉਹਦੀ ਵੇਟ ਲੰਘ ਗਈ ਜਾਂ ਉਹਨੂੰ ਨਹੀਂ ਰੱਖਿਆ ਉਹਦੇ ਵਿੱਚ ਟੈਂਪਰੇਚਰ ਦੇ ਵਿੱਚ ਜਿੰਨਾ ਚਾਹੀਦਾ। ਅਤੇ ਉਹ ਹੁਣ ਪ੍ਰੋਬਲਮ ਇਹਦੇ ਵਿੱਚ ਇਹ ਆ ਨਾ, ਜਿਹੜੇ ਬੰਦੇ ਸਮੋਕਿੰਗ ਕਰਦੇ ਆ ਜਾਂ ਹੋਰ ਆ, ਕਈਆਂ ਨੂੰ ਕੋਈ ਬਿਮਾਰੀਆਂ, ਉਹਨਾਂ ਨੂੰ ਟੀਕਾ ਕਹਿੰਦੇ ਸੈੱਟ ਵੀ ਨਹੀਂ ਪੈ ਰਿਹਾ। ਅੱਛਾ, ਚਲੋ, ਉਹਦੇ ਕਰਕੇ ਜਿਹੜੇ ਹੈ ਨਾ, ਇੱਥੇ ਤੇ ਗੋਰੇ ਆ, ਉਹ ਕਹਿੰਦੇ ਅਸੀਂ ਕਿਹੜਾ ਕਿਤੇ ਜਾਣਾ। ਦੇਖੋ ਜੀ, ਕਿੰਨਾ ਉਹ ਰੋਕੇ ਰੱਖਦਾ ਸੀ, ਮੰਨ ਲਓ ਉਹ ਕੁੱਤਾ ਪਾਸੇ ਹਟ ਜਾਂਦਾ ਸੀ ਕਿਤੇ ਗਲਤੀ ਨਾ ਕਿਸੇ ਖਰਾਬੀ ਕਰਕੇ, ਤੇ ਉਹ ਇੰਨੀ ਤੇਜ਼ ਬੈਕ ਗੇੜਾ ਵੱਜਦਾ ਸੀ ਉਹਦਾ, ਜਿਹਦਾ ਹਿਸਾਬ ਕੋਈ ਨਹੀਂ। ਮੈਨੂੰ ਮੇਰੀ ਹੁਣ ਅੱਜ ਨੂੰ ਯਾਦ ਕਰਾ ਦਿੱਤੀ ਜੀ, ਇੱਦਾਂ ਸੀਗੀ ਸਾਡੇ ਉਹ ਜਿਹੜੀ ਮਾਲ ਹੁੰਦੀ ਹੈ, ਮਾਲ ਡੈਕ ਪੈਂਦੀ ਹੁੰਦੀ ਸੀ। ਹਾਂਜੀ, ਅੱਛਾ, ਉਹ ਮਾਲ ਖਿੱਚਦੇ ਖਿੱਚਦੇ ਜਦੋਂ ਉੱਪਰ ਆਈ, ਮੇਰਾ ਫਾਦਰ ਬੈਠਾ ਸੀ, ਉਹ ਇੱਕ ਧੋ ਮੋਹਣ ਹੁੰਦੀ ਵਿਚਾਲੇ ਜਿੱਥੇ ਧੁਰਾ ਅੱਟ ਗਿਆ ਹੁੰਦਾ, ਉਹ ਕੀ ਹੋਇਆ, ਰੱਸਾ ਟੁੱਟ ਗਿਆ ਜੀ। ਇੰਨੀ ਜੋ ਨਾ ਨਾ ਘੁੰਮਿਆ, ਮੈਨੂੰ ਅਜੇ ਤੱਕ ਕੋਈ ਯਾਦ ਆਉਂਦਾ, ਮੈਂ ਕਿਹਾ ਪਰਮਾਤਮਾ ਨੇ ਉਹ ਡੈਰੀ ਰੱਖਣਾ ਵੀ, ਜੇ ਕਿਤੇ ਉਹ ਮਾੜਾ ਜਿਹਾ ਵੀ ਸਲਿਪ ਹੋ ਜਾਂਦਾ, ਬਹੁਤ ਜ਼ਿਆਦਾ, ਬਹੁਤ। ਚਲੋ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਕਾਲਾਂ ਬਹੁਤ ਸਾਰੀਆਂ ਅੱਜ ਆਈਆਂ ਹੋਈਆਂ ਨੇ, ਸਾਡੇ ਦਰਸ਼ਕ ਗੱਲਬਾਤ ਕਰਨੀ ਚਾਹੁੰਦੇ ਨੇ ਪੁਰਾਣੀਆਂ ਚੀਜ਼ਾਂ 'ਤੇ, ਸੋ ਬ੍ਰੇਕ ਤੋਂ ਬਾਅਦ ਫਟਾਫਟ ਤੁਹਾਡੀਆਂ ਕਾਲਾਂ ਲਵਾਂਗੇ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਗੱਲ ਚੱਲ ਰਹੀ ਅੱਜ ਉਹਨਾਂ ਚੀਜ਼ਾਂ ਦੀ ਜਿਹੜੀਆਂ ਕਿ ਅਸੀਂ ਸਾਡੇ ਹੁੰਦਿਆਂ ਹੁੰਦਿਆਂ ਖਤਮ ਹੋਈਆਂ, ਕੁਛ ਮੇਰੇ ਤੋਂ ਕੁਛ ਪਹਿਲਾਂ ਦੇ ਲੋਕ ਜਿਹੜੇ, ਉਹਨਾਂ ਨੇ ਪਿੰਡਾਂ ਦੇ ਵਿੱਚ ਖੂਹਾਂ ਜਿਹੜੀਆਂ ਹੁੰਦੀਆਂ ਸੀ ਸੈਂਟਰ ਦੇ ਵਿੱਚ, ਖੂਹਾਂ ਦਾ ਪਾਣੀ ਵੀ ਪੀਤਾ ਹੋਏਗਾ, ਖੂਹਾਂ ਦਾ ਪਾਣੀ ਵੀ ਪੀਤਾ ਹੋਏਗਾ, ਟਿਊਬਲਾਂ ਦਾ ਪਾਣੀ ਵੀ ਪੀਤਾ ਹੋਏਗਾ, ਨਲਕਿਆਂ ਦਾ ਪਾਣੀ ਵੀ ਪੀਤਾ ਹੋਏਗਾ, ਅਤੇ ਅੱਜ ਕੱਲ੍ਹ ਬੋਤਲਾਂ ਦਾ ਪਾਣੀ ਵੀ ਜ਼ਰੂਰ ਪੀਤਾ ਹੋਏਗਾ। ਗੱਲਬਾਤ ਚੱਲ ਰਹੀ, ਕਾਲਾਂ ਬਹੁਤ ਸਾਰੀਆਂ ਆਈਆਂ ਹੋਈਆਂ ਨੇ, ਕੋਸ਼ਿਸ਼ ਕਰਦੇ ਵੱਧ ਤੋਂ ਵੱਧ ਕਾਲ ਲੈਣ ਦੀ ਜੀ। ਸਤਿ ਸ਼੍ਰੀ ਅਕਾਲ ਜੀ, ਡਾਕਟਰ ਸਾਹਿਬ, ਡਾਕਟਰ ਰਿਸ਼ਪਾਲ ਸਿੰਘ ਬਾਜਵਾ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਸਵਾਗਤ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਇੱਕ ਦੋ ਗੱਲਾਂ ਕਰਨੀਆਂ ਅੱਜ ਜੀ। ਜ਼ਰੂਰ।
ਇੱਕ ਤਾਂ ਪਹਿਲਾਂ ਤੁਸੀਂ ਟੀਕਿਆਂ ਵਾਲੀ ਗੱਲ ਕਰ ਰਹੇ ਸੀ ਨਾ ਜੀ, ਹਾਂਜੀ ਹਾਂਜੀ, ਇਹ ਜਿਹੜੇ ਲੋਕ ਅਪੋਜ਼ ਕਰਦੇ ਆ ਇਹਨਾਂ ਦੇ ਤਿੰਨ ਚਾਰ ਰੀਜ਼ਨ ਹੈ ਜੀ। ਇੱਕ ਤਾਂ ਇਹ ਸਾਇੰਸ 'ਚ ਨਹੀਂ ਬਿਲੀਵ ਕਰਦੇ। ਅੱਛਾ ਜੀ, ਇਹ ਹੈਗਾ ਮਤਲਬ ਤਬਕਾ ਕੋਈ। ਹਾਂਜੀ, ਦੂਜਾ ਇਹਨਾਂ ਨੂੰ ਇਹ ਸ਼ੱਕ ਹੈ ਵੀ ਇਹ ਗੌਰਮੈਂਟ ਦੀ ਚਾਲ ਹੈ, ਇਹਨਾਂ ਟੀਕਿਆਂ ਦੇ ਵਿੱਚ ਪਤਾ ਨਹੀਂ ਕੀ ਪਾਇਆ ਅਤੇ ਇਹਦੇ ਨਾਲ ਲੋਕਾਂ ਦੀ ਇਹਨਾਂ ਨੇ ਗਿਣਤੀ ਪਾਪੂਲੇਸ਼ਨ ਫਿਊਚਰ 'ਚ ਘਟਾ ਦੇਣੀ ਹੈ। ਅੱਛਾ, ਸਾਲ ਦੋ ਸਾਲ ਬਾਅਦ ਹੌਲੀ ਹੌਲੀ ਜਾਂਦਾ ਜੀ। ਫਿਰ ਅੱਗੋਂ ਐਂ ਚੱਲਦਾ ਹੈ, ਇਹ ਇਕੱਲੀ ਇੱਥੇ ਨਹੀਂ ਪ੍ਰੋਬਲਮ, ਇਹ ਆਪਣੇ ਵੀ ਹੈ, ਇੰਡੀਆ ਵੀ ਹੈ ਜੀ, ਏਸ਼ੀਆ 'ਚ ਵੀ। ਕਈਆਂ ਥਾਵਾਂ 'ਤੇ ਕਹਿ ਦਿੰਦੇ ਆ ਵੀ ਇਹਦੇ 'ਚ ਥੋੜ੍ਹੀ ਜਿਹੀ ਸੂਰ ਦੀ ਬਾਡੀ 'ਚੋਂ ਕੋਈ ਪਾਰਟ ਪਾਇਆ ਇਹਦੇ 'ਚ, ਉਹ ਫਿਰ ਮੁਸਲਿਮ ਵਰਲਡ 'ਚ ਚੱਲ ਜਾਂਦਾ। ਕਿਤੇ ਇਹ ਚੱਲਦਾ ਵੀ ਇਹਦੇ 'ਚ ਕੁਛ ਗਾਂ ਦਾ ਪਾਇਆ। ਸੋ ਇਹ ਚੀਜ਼ ਇਹ ਹੈ, ਟੀਕੇ ਦਾ ਬੜਾ ਫਾਇਦਾ ਹੈ ਜੀ, ਇਹ ਬਿਮਾਰੀ ਦੇ ਬਹੁਤ ਨੁਕਸਾਨ ਹੈ, ਜੇ ਅਸੀਂ ਛੇਤੀ ਲਵਾ ਲਾਂਗੇ ਤਾਂ ਦੁਨੀਆਂ ਦਾ ਕੰਮ ਕਾਰ ਚੱਲ ਪਊ। ਦੂਜੀ ਅੱਜ ਗੱਲ ਇੱਕ ਬੜੀ ਹਲਕੇ ਫੁਲਕੇ ਜਿਹਾ, ਵੀ ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਸੀ ਜੀ, ਤੇ ਮੈਂ ਥੋੜਾ ਜਿਹਾ ਦੇਖਦਾ ਰਹਿੰਦਾ ਕਿ ਮੈਂ ਵੋਟਰਾਂ ਵਾਸਤੇ ਜੀ ਇੱਕ ਚੀਜ਼ ਕੱਢੀ ਹੈ ਵੀ ਉਹ ਆਪ ਹੀ ਫੈਸਲਾ ਕਰ ਲੈਣ ਜੀ, ਬਈ ਅਕਾਲੀ ਕਾਂਗਰਸ ਬਿਲਕੁਲ ਕਲੀਅਰ ਇੰਡੀਕੇਸ਼ਨ ਦੇ ਰਹੀ ਹੈ ਜੀ। ਅਕਾਲੀ ਕਹਿੰਦੇ ਆ ਵੀ ਕਾਂਗਰਸ ਫੇਲ ਹੈ, ਤੇ ਕਾਂਗਰਸ ਪੰਜ ਸਾਲ ਪਹਿਲਾਂ ਕਹਿੰਦੀ ਸੀ ਵੀ ਅਕਾਲੀ ਫੇਲ ਹੈ। ਹਾਂਜੀ, ਤੇ ਵੋਟਰਾਂ ਨੂੰ ਇਹ ਹਿਸਾਬ ਲਾ ਲੈਣ ਵੀ ਇਹ ਦੋਨੇ ਦਾ ਫੇਲ ਹੀ ਫੇਲ ਹੈ। ਕੌਣ ਆਉਂਦੇ ਆ ਬਈ ਜਿਹੜੇ ਦੋਵੇਂ ਅਕਾਲੀ ਤੇ ਕਾਂਗਰਸੀ ਰਲ ਕੇ ਜੀ ਇਹ ਕਹਿੰਦੇ ਆ ਵੀ ਆਪ ਜਿਹੜੀ ਹੈ ਉਹ ਦਿੱਲੀ 'ਚ ਫੇਲ ਹੈ, ਉਹ ਪੰਜਾਬ ਜਾ ਕੇ ਕੀ ਕਰ ਲੂ। ਹਾਂਜੀ ਹਾਂਜੀ, ਸੋ ਜਿਹੜੇ ਵੋਟਰ ਆ ਆਪਣੇ ਉਹ ਵਾਕਿਆ ਉੱਥੋਂ ਦਿੱਲੀ ਉਹਨਾਂ ਦੇ ਨੇੜੇ ਆ, ਉੱਥੋਂ ਸਹੀ ਪਤਾ ਕਰ ਲੈਣ, ਜੇ ਉਹ ਜਿਹੜੀ ਕੇਜਰੀਵਾਲ ਤੇ ਆਪ ਉੱਥੇ ਫੇਲ ਆ ਤੇ ਫਿਰ ਉਹ ਇਹਨਾਂ ਨੂੰ ਨਾ ਪਾਉਣ। ਬਿਲਕੁਲ, ਫਿਰ ਉੱਥੋਂ ਗੱਲ ਇਹ ਨਿਕਲਦੀ ਹੈ ਅੱਗੇ ਜੀ ਬਈ ਫਿਰ ਜੇ ਤਿੰਨੇ ਫੇਲ ਆ ਤੇ ਫਿਰ ਸਾਨੂੰ ਕੋਈ ਹੋਰ ਨਵਾਂ ਸਿਸਟਮ ਨਵੀਂ ਪਾਰਟੀ ਬਣਨੀ ਚਾਹੀਦੀ ਹੈ। ਨਵਾਂ ਲੱਗਦਾ ਜੀ, ਅਜੇ ਜਿਹੋ ਜਿਹਾ ਮਾਹੌਲ ਚੱਲਦਾ ਕਿਤੇ ਹੁਣ ਸਿੱਧੂ ਸਾਹਿਬ ਨਾਲ ਝੰਡਾ ਚੱਕ ਲੈਣਾ। ਅੱਗੇ ਇੱਕ ਹੋਰ ਗੱਲ ਹੈ ਜੀ, ਬਈ ਜਿਹੜੇ ਆਪਣੇ ਵੋਟਰ ਹੈ ਜੀ ਉਹਨਾਂ ਨੂੰ ਵਾਹਿਗੁਰੂ ਤੇ ਅਕਾਲ ਪੁਰਖ ਤੇ ਰੱਬ ਤੇ ਬਹੁਤ ਯਕੀਨ ਹੈ ਜੀ। ਔਰ ਜਿਵੇਂ ਆਪਾਂ ਐਂ ਕਹਿ ਦਈਏ ਨਾ ਵੀ ਫਲਾਣੀ ਚੀਜ਼ ਕਿੱਥੇ ਆ, ਉਹ ਤੁਹਾਡੀ ਯਾਰ ਮੈਨੂੰ ਨਹੀਂ ਪਤਾ, ਉਹ ਏ ਬੀ ਸੀ ਕਿਸੇ ਬੰਦੇ ਕੋਲ ਹੋਊ, ਤੇ ਹੁਣ ਜਿਹੜਾ ਆਪਣਾ ਰੱਬ ਵੀ ਆ ਉਹ ਏ ਬੀ ਸੀ ਕੋਲ ਹੀ ਹੈ ਜੀ। ਬਿਲਕੁਲ ਬਿਲਕੁਲ, ਇਹਦੇ ਵਿੱਚ ਅਕਾਲੀ ਤੇ ਆਪ, ਬੀ ਦੇ ਵਿੱਚ ਬਾਦਲ ਤੇ ਬੀਜੇਪੀ, ਤੇ ਸੀ ਦੇ ਵਿੱਚ ਕੈਪਟਨ ਤੇ ਕਪਤਾਨ ਜੀ 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 ਡਾਕਟਰ ਸਾਹਿਬ। ਹੁਣ ਇਹ ਹੈ ਬਈ ਜੇ ਇਹਨਾਂ ਤੋਂ ਅਕਾਲੀਆਂ ਤੋਂ ਤੇ ਕਾਂਗਰਸ ਤੋਂ ਅਕਾਲ ਪੁਰਖ ਕਿਤੇ ਬਚ ਕੇ ਆ ਜੇ, ਤੋ ਜਿਹੜਾ ਬਚਿਆ ਰਹਿ ਜੇ ਫੜੀ ਬੈਠੇ ਹੈ ਉਹ ਮੁੜ ਕੇ ਥੋੜਾ ਜਿਹਾ ਪੰਜਾਬ ਨੂੰ ਮਿਲ ਜੇ, ਜੇ ਫਿਰ ਬਚ ਗਿਆ ਤੇ ਕਿਸੇ ਨਵੇਂ ਸਿਸਟਮ ਨੂੰ ਮਿਲ ਜੇ। ਚਲੋ, ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ ਤੁਹਾਡੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਢੀਂਡਸਾ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੱਗੀ ਜੀ, ਗੁਰਦੇਵ ਜੀ। ਹਾਂਜੀ ਢੀਂਡਸਾ ਸਾਹਿਬ, ਸਵਾਗਤ ਹੈ ਜੀ। ਹਾਂਜੀ ਹਾਂਜੀ ਜੱਗੀ, ਹਾਂਜੀ, ਤੁਸੀਂ ਆਪਾਂ ਗੱਲ ਕਰ ਰਹੇ ਹਾਂ ਵੀ ਨਵੇਂ ਜਿਹੜੇ ਜਨਰੇਸ਼ਨ ਨੇ ਚੀਜ਼ਾਂ ਨਹੀਂ ਦੇਖ ਰਹੀ ਜਿਹੜੀ ਅਸੀਂ ਆਪਾਂ ਦੇਖ ਚੁੱਕੇ ਹਾਂ। ਹਾਂਜੀ, ਤੇ ਉਹ ਤੁਸੀਂ ਜੱਗੀ ਆਪ ਦੇਖ ਲਓ ਕਿ ਆ ਪਿਛਲੇ 120 ਸਾਲਾਂ ਦੇ ਵਿੱਚ ਜੋ ਬਦਲਾਅ ਆਇਆ, ਹਾਲਾਂਕਿ ਇਨਸਾਨ ਮਿਲੀਅਨ ਮਿਲੀਅਨ ਸਾਲਾਂ ਤੋਂ ਇੱਥੇ ਰਹਿ ਰਿਹਾ, ਤੇ ਜਿਹੜਾ ਬਦਲਾਅ ਆਪਾਂ ਪਿਛਲੇ 120 ਸਾਲਾਂ 'ਚ ਦੇਖਿਆ, ਨਾ ਤਾਂ ਉਦੋਂ ਕਾਰਾਂ ਸੀਗੀਆਂ ਨਾ ਜਹਾਜ਼ ਸੀਗੇ। ਆਹੋ ਨਹੀਂ, 60-70 ਸਾਲ ਪਹਿਲਾਂ ਵੀ ਗੱਲ ਕਰ ਲਈਏ, ਆਜ਼ਾਦੀ ਤੋਂ ਬਾਅਦ ਵੀ ਗੱਲ ਕਰ ਲਈਏ ਤਾਂ ਵੀ ਕਾਫੀ ਕੁਛ। ਹਾਂਜੀ, ਚਲੋ ਆਪਾਂ 70 ਉਹ ਤੋਂ ਬਾਅਦ ਲਾ ਲਓ ਜੀ, ਜਦੋਂ ਮੈਂ ਉਹ ਸੰਭਾਲੀ ਆ ਸਾਡੇ ਪਿੰਡ ਬਿਜਲੀ ਨਹੀਂ ਸੀਗੀ ਜੀ, ਤੇ ਅਸੀਂ ਜਿਹੜੀਆਂ ਲੈਂਪਾਂ ਦੀਵਿਆਂ ਦੇ ਲੋਹੇ ਪੜ੍ਹਿਆ ਰਾਤ ਨੂੰ ਹੋਮਵਰਕ ਕਰਨਾ ਸਕੂਲ ਦਾ, ਉਹਨਾਂ ਅੱਜ ਨਵੇਂ ਬੱਚਿਆਂ ਨੂੰ ਨਵੇਂ ਕੀ ਪਤਾ ਵੀ ਕਿੱਦਾਂ ਕਿੱਦਾਂ ਮੰਦਵ ਉਹ ਲੋਹ ਹੁੰਦੀ ਸੀਗੀ। ਬਿਲਕੁਲ ਬਿਲਕੁਲ ਜੀ, ਤੇ ਆ ਵਿਆਹ ਸ਼ਾਦੀਆਂ ਤੇ ਗੈਸ ਹੁੰਦੇ ਹੀ ਆ ਜਿਹੜੇ ਤੁਹਾਨੂੰ ਯਾਦ ਹੋਣਾ ਗੈਸ ਜਗਾ ਕੇ ਤੇ ਉਹਦੇ ਸਿਰਾਂ ਤੇ ਰੱਖ ਕੇ ਲੋ ਕਰਦੇ ਹੁੰਦੇ ਸਿਰਾਂ। ਹਾਂਜੀ ਹਾਂਜੀ, ਉਹ ਤਾਂ ਸਾਡੇ ਧਰਮ ਦੱਸਦਾ, ਸਾਡੇ ਪਿੰਡ ਇੱਕ ਬੰਦਾ ਮਿਲਟਰੀ 'ਚ ਉਹ ਗੈਸ ਕਿਤੇ ਮਿਲਟਰੀ 'ਚ ਲਾਇਆ ਆ ਤਾਂ ਰਾਤ ਨੂੰ ਜਗਾ ਕੇ ਉਹਨੇ ਚੁਬਾਰੇ 'ਤੇ ਰੱਖਤਾ। ਅੱਛਾ ਜੀ, ਲੋਕੀ ਸਾਰਾ ਪਿੰਡ ਇਕੱਠਾ ਹੋ ਗਿਆ ਕਿ ਇਹ ਕੀ ਜਗਦਾ ਪਿਆ ਬਨੇਰੇ ਦੇ ਉੱਤੇ, ਕੀ ਜਾਦੂ ਇਹਦੇ ਕੋਲ ਹੈ। ਹਾਂਜੀ, ਔਰ ਦੂਸਰੀ ਗੱਲ ਜੱਗੀ ਜੀ, ਆਪਣੇ ਤੁਸੀਂ ਖੂਹ ਦੇ ਕੁੱਤੇ ਦੀ ਗੱਲ ਕੀਤੀ ਆ ਜੀ, ਇਹ ਕੁੱਤੇ ਦਾ ਹੁਣ ਇਹਦਾ ਮਤਲਬ ਇਹ ਹੁੰਦਾ ਸੀਗਾ, ਉਹ ਜਦੋਂ ਕੁੱਤਾ ਟਕ ਟਕ ਕਰਦਾ ਹੁੰਦਾ ਸੀ ਨਾ ਜੀ, ਉਹ ਜਿਹੜੀਆਂ ਜੇ ਫਰਜ਼ ਕਰ ਲਓ ਵੀ ਉਹ ਨਾ ਕੁੱਤਾ ਹੋਵੇ ਤਾਂ ਜਿਹੜੀਆਂ ਟਿੰਡਾਂ ਨਾ ਪਾਣੀ ਦੀਆਂ ਭਰੀਆਂ ਤਾਂ ਨੂੰ ਆ ਰਹੀਆਂ ਹੁੰਦੀਆਂ, ਪਿੱਛੇ ਨੂੰ ਚੱਲ ਜਾਣਾ, ਉਹ ਪਿੱਛੇ ਨੂੰ ਉਹਦੇ ਭਾਰ ਨਾ ਪਿੱਛੇ ਨੂੰ ਚਲੇ ਜਾਂਦਾ ਹੁੰਦਾ ਸੀ। ਹਾਂਜੀ ਹਾਂਜੀ, ਉਹ ਕੁੱਤਾ ਅਟਕਾ ਕਰ ਲੈਂਦਾ ਇਹਦੇ ਨਾਲੇ ਪਤਾ
ਬੜਾ ਕੁਛ ਹੈਗਾ ਜੀ, ਬੜਾ ਕੁਛ ਜਿਹੜਾ ਕਿ ਅੱਜ ਦੀ ਪੀੜ੍ਹੀ ਨੇ ਦੇਖਿਆ, ਅਗਲੀ ਪੀੜ੍ਹੀ ਵੇਲੇ ਉਹਦਾ ਨਾਂ ਨਿਸ਼ਾਨ ਨਹੀਂ। ਚਲੋ ਜੀ, ਬਹੁਤ ਮਿਹਰਬਾਨੀ ਜੀ ਤੁਹਾਡੀ, ਬਹੁਤ ਮਿਹਰਬਾਨੀ, ਥੈਂਕ ਯੂ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸੰਦਰ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਹਾਲ ਚਾਲ ਹੈ ਜੀ? ਜੀ ਸਾਹਿਬ, ਇਸ ਪੀੜ੍ਹੀ ਨੇ ਮੈਨਰ ਦਾ ਬੇੜਾ ਗਰਕ ਹੁੰਦਾ ਦੇਖਿਆ। ਅੱਛਾ, ਆਉਣ ਵਾਲੀ ਪੀੜ੍ਹੀ 'ਚ ਇਹ ਵੀ ਚੀਜ਼ ਖਤਮ ਹੋ ਜਾਏਗੀ। ਹਾਂਜੀ, ਭੋਜਨ ਜੋ ਬੈਠ ਕੇ ਖਾਣਾ ਚਾਹੀਦਾ ਸੀ ਉਹ ਖੜੇ ਹੋ ਕੇ ਜਾਂ ਚੱਲ ਕੇ ਖਾਣਾ ਸਿੱਖਿਆ। ਕਿਉਂਕਿ ਖੜੇ ਹੋ ਕੇ ਤਾਂ ਸਿਰਫ ਪਸ਼ੂ ਖਾਂਦੇ ਆ, ਘੋੜੇ, ਮੱਝਾਂ, ਗਾਈਆਂ, ਬੰਦੇ ਥੋੜ੍ਹੀ ਖਾਂਦੇ ਆ। ਹੁਣ ਤੁਰੇ ਤੁਰੇ ਜਾਂਦੇ ਖਾਣ ਦਾ ਵੀ, ਗੱਡੀ 'ਚ ਲਿਆ ਡਰਾਈਵ ਥਰੂ। ਤੇ ਇਹ ਚੀਜ਼ ਵੀ ਅਲੋਪ ਹੋ ਜਾਣੀ ਆ। ਮੇਰਾ ਕਹਿਣ ਦਾ ਮਤਲਬ, ਮੈਂ ਦੋਨਾਂ ਨੂੰ ਬੈਲੈਂਸ ਕਰਕੇ, ਆਪਣੀ ਸਾਡੀ ਪੀੜ੍ਹੀ ਨੇ ਵੀ ਇਹੀ ਦੇਖਿਆ ਸੀ, ਅਸੀਂ ਬੈਠ ਕੇ ਪੰਗਤ ਤੇ ਰੋਟੀ ਖਾਂਦੇ ਹੁੰਦੇ ਸੀ, ਜਾਂ ਟੇਬਲਾਂ ਕੁਰਸੀਆਂ ਤੇ ਵੀ ਖਾਣਾ ਤਾਂ ਬਹਿ ਕੇ ਖਾਣਾ, ਹੁਣ ਖੜੇ ਹੋ ਕੇ ਸਾਨੂੰ ਵੀ ਖਾਣਾ ਪੈਂਦਾ। ਉਸ ਤੋਂ ਪਹਿਲਾਂ ਜੀ, ਜਿਹੜੀ ਚੀਜ਼ ਅੱਜ ਕੱਲ੍ਹ ਜਮਾਂ ਹੀ ਖਤਮ ਹੈ, ਜਿਹੜਾ ਰਸੋਈ ਦੇ ਵਿੱਚ ਹੀ ਸਾਰੇ ਜਣੇ ਬੈਠ ਕੇ ਉੱਥੇ ਰੋਟੀ ਖਾਂਦੇ ਹੁੰਦੇ ਸੀ। ਹਾਂਜੀ, ਪੁੰਜੇ ਬੈਠ। ਬਾਕੀ ਇੱਕ ਵਾਰੀ ਦੀ ਗੱਲ ਮੈਂ ਸੁਣਾਉਣਾ, ਦਿੱਲੀ ਦੀ ਗੱਲ ਆ ਜੀ। ਉੱਥੇ ਇੱਕ ਬਜ਼ੁਰਗ ਲੇਡੀ ਜਾ ਰਹੀ ਸੀ, ਉਹਦੇ ਨਾਲ ਇੱਕ ਜਵਾਨ ਮੁੰਡੇ ਦਾ, ਕਿਤੇ ਥੋੜ੍ਹਾ ਜਿਹਾ ਘਰੀਟ ਜਿਹੀ ਲੱਗ ਗਈ ਉਹ ਬਿਚੋਰੀ, ਬੁੜੀ ਥੋੜ੍ਹੀ ਜਿਹੀ ਹਿੱਲ ਗਈ, ਸੱਟ ਸੁੱਟ ਤਾਂ ਨਹੀਂ ਲੱਗੀ। ਤਾਂ ਉਹਨੂੰ ਕਹਿੰਦਾ, ਮਾਤਾ ਜੀ ਮੈਨੂੰ ਮਾਫ਼ ਕਰ ਦੇਣਾ, ਮੇਰੇ ਕੋਲ ਮੈਂ ਗਲਤੀ ਨਾਲ ਨਹੀਂ ਮਾਰਿਆ ਸੀ, ਗਲਤੀ ਨਾਲ ਲੱਗਿਆ, ਮੈਂ ਜਾਣ ਬੁੱਝ ਕੇ ਨਹੀਂ ਮਾਰਿਆ ਸੀ। ਉਹ ਉਹਨੂੰ ਕੱਸ ਕੇ ਪੈ ਗਏ, ਕਹਿੰਦੀ ਤੂੰ ਮੈਨੂੰ ਮਾਤਾ ਜੀ ਕਿੱਦਾਂ ਕਹਿ ਦਿੱਤਾ? ਸੱਟ ਦੀ ਗੱਲ ਨਹੀਂ ਹੈਗੀ, ਪ੍ਰੋਬਲਮ ਕੋਈ। ਹਾਂ, ਮਤਲਬ ਅਸੀਂ ਸਾਡੀ ਪੀੜ੍ਹੀ 'ਚ ਅਸੀਂ ਮੈਡਮ ਲਫ਼ਜ਼ ਨਹੀਂ ਸੁਣਿਆ ਸੀ ਜੀ। ਹਾਂ, ਮੈਡਮ ਵੀ ਬੋਲਿਆ ਜਾਂਦਾ, ਮਾਤਾ ਜੀ, ਬੀਬੀ ਜੀ, ਭੈਣ ਜੀ, ਬੀਬੀ ਜੀ ਬੋਲਦੇ, ਚਾਚੀ ਜੀ, ਤਾਈ ਜੀ, ਹਾਂਜੀ, ਜਾਂ ਦਾਦੀ ਜੀ, ਦਾਦਾ ਜੀ, ਅਸੀਂ ਮੈਡਮ ਲਫ਼ਜ਼ ਬਿਲਕੁਲ ਸਾਨੂੰ ਪਤਾ ਹੀ ਨਹੀਂ ਸੀ ਜਿੰਨੀ ਦੇਰ ਅਸੀਂ ਪੜ੍ਹੇ। ਤਾਂ ਅਸੀਂ ਇੱਥੇ ਬਾਹਰ ਆ ਕੇ ਸੁਣਿਆ ਵੀ ਮੈਡਮ ਕਹਿੰਦੇ ਆ, ਤੇ ਇਹ ਲਫ਼ਜ਼ ਜਿਹੜੇ ਆ ਇਹ ਗਾਂ ਨੂੰ ਇਹ ਵੀ ਹਟ ਜਾਣੇ ਆ, ਇਹ ਜਿਹੜੀ ਨਵੀਂ ਪੀੜ੍ਹੀ ਨੂੰ ਇਹ ਵੀ ਨਹੀਂ ਸੁਣਨੇ ਮਿਲਣੇ, ਕੁਛ ਹੋਰ ਹੀ ਮਿਲਣੇ, ਹੋਰ ਹੀ ਕੁਛ ਮਿਲ ਜਾਣੇ ਜੀ। ਬਿਲਕੁਲ, ਜਿਹੜੀ ਨਵੀਂ ਪੀੜ੍ਹੀ ਹੈ ਉਹਨੇ ਧਰਤੀ ਨੂੰ ਪਲਸਤਰ ਹੁੰਦਾ ਦੇਖਿਆ। ਧਰਤੀ ਜਿਹੜੀ ਖਾਲੀ ਖਾਲੀ ਸਾਡੇ ਟਾਈਮ ਸਮੇਂ ਰਹਿੰਦੀ ਸੀ, ਖਾਲੇ ਖਾਲੇ ਪਲਾਟ, ਖਾਲੀਆਂ ਖਾਲੀਆਂ ਜਗ੍ਹਾ, ਹੁਣ ਸੜਕਾਂ ਬਣ ਗਈਆਂ, ਇਮਾਰਤਾਂ ਵੱਡੀਆਂ ਵੱਡੀਆਂ ਬਣ ਗਈਆਂ, ਆਲੇ ਦੁਆਲੇ ਸਭ ਫਰਸ਼ ਲੱਗ ਗਿਆ, ਧਰਤੀ ਨੂੰ ਪਲਸਤਰ ਹੁੰਦਾ ਦੇਖਿਆ। ਇਹ ਵੀ ਖਤਮ ਹੋ ਜਾਣਾ, ਖਤਮ ਹੋਣਾ ਜੀ, ਬਿਲਕੁਲ ਜੀ। ਬਹੁਤ ਮਿਹਰਬਾਨੀ ਸੰਦਰ ਸਾਹਿਬ ਤੁਹਾਡੀ, ਓਕੇ ਜੀ ਜੀ। ਬਹੁਤ ਸਾਰੀਆਂ ਕਾਲਾਂ ਹੈਗੀਆਂ ਨੇ ਹਜੇ ਵੀ, ਪਰ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਇੱਕ ਅੱਧੀ ਕਾਲ ਜ਼ਰੂਰ ਲਈਏ, ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਂ ਜੀ, ਥੋੜ੍ਹਾ ਸਮਾਂ ਹੈਗਾ, ਇੱਕ ਅੱਧੀ ਕਾਲ ਲੈ ਲੈਂਦੇ ਫਟਾਫਟ, ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ, ਔਨ ਏਅਰ ਹੋ ਜੀ, 559 ਏਰੀਆ ਕੋਡ ਜੀ। ਸਤਿ ਸ਼੍ਰੀ ਅਕਾਲ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਹਾਂ ਜੀ, ਧਿਆਨ ਇੱਧਰ ਦਿਓ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਦੀਆਂ, ਕਿਹੜੇ ਕਿੱਥੋਂ ਦੀਆਂ? ਹੈਲੋ ਜੀ, ਮੈਂ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੂੰ ਜਿਹੜਾ ਵੀ ਕੁਛ ਕਰਨਾ ਉਹ ਕਰ ਲਾ, ਮੈਨੂੰ ਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗਿੱਲ ਸਾਹਿਬ, ਮੈਨੂੰ ਨਹੀਂ ਦੱਸਾਂਗੇ ਜੀ, ਇਹ ਤਾਂ ਗੱਲ ਵੱਧ ਗਈ ਹੈਗੀ ਆ, ਮੇਰੇ ਖਿਆਲ ਘਰੇ ਕੋਈ ਗੱਲ ਕਰ ਰਹੇ ਨੇ ਨਿਆਣਿਆਂ ਦੇ ਨਾਲ, ਬਈ ਭਾਈ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ, ਵੀ ਜੋ ਕਰਨਾ ਕਰ ਲਓ, ਅਤੇ ਠੀਕ ਹੈ ਵੀ, ਚਾਹੀਦਾ ਵੀ ਇਹੀ ਹੈ ਨਿਆਣਿਆਂ ਵਾਸਤੇ ਅੱਜ ਕੱਲ੍ਹ। ਤੋ ਸੋ ਉਮੀਦ ਕਰਦਾ ਜੀ ਪ੍ਰੋਗਰਾਮ ਤੁਹਾਨੂੰ ਅੱਜ ਦਾ ਵਧੀਆ ਲੱਗਿਆ ਹੋਊਗਾ, ਅਤੇ ਨਾਲ ਦੀ ਨਾਲ ਫਿਰ ਜਾਣ ਤੋਂ ਪਹਿਲਾਂ ਅਨਾਊਂਸਮੈਂਟ ਜਿਹੜੀ ਅਸੀਂ ਕਰਦੇ ਹੁੰਦੇ ਹਾਂ, ਟਿਕਟਾਂ ਵਗੈਰਾ ਵਾਸਤੇ ਕਿੰਮੀ ਜੀ ਨੂੰ ਫੋਨ ਕਰ ਸਕਦੇ ਆ, ਜਿਹੜੇ ਬਹੁਤ ਸਾਰੇ ਲੋਕ ਹੈਗੇ ਨੇ, 530-650-2777। ਮੈਂ ਗੱਲ ਕਰ ਰਿਹਾ ਜੀ ਮਿਸ ਐਂਡ ਮਿਸਿਸ ਪੰਜਾਬਣ USA 2021, ਜਿਹੜਾ 16 ਅਕਤੂਬਰ ਨੂੰ ਹੋਣ ਜਾ ਰਿਹਾ, ਉਹਦੇ ਵਿੱਚ ਬੱਚਿਆਂ ਦਾ ਵੀ ਹੈ, ਸਾਰੇ ਹਰ ਵਰਗ ਦਾ ਧਿਆਨ ਰੱਖਿਆ ਗਿਆ, ਔਰ ਮਿਸ ਪੰਜਾਬਣ ਹੋ ਗਈ, ਮਿਸਿਜ਼ ਪੰਜਾਬਣ ਹੋ ਗਈ, ਅਤੇ 64 ਸਾਲ ਤੋਂ ਉੱਪਰ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਵਾਸਤੇ ਗ੍ਰੇਸ ਆਫ ਪੰਜਾਬ, ਉਹ ਵੀ ਸਾਰਿਆਂ ਵਾਸਤੇ ਹੈਗਾ। 530-650-2777 ਉਹਨਾਂ ਦਾ ਨੰਬਰ ਹੈ, 209-450-3362 ਮੇਰਾ ਨੰਬਰ ਹੈ, ਕਿਤੇ ਵੀ ਸੰਪਰਕ ਕਰ ਸਕਦੇ ਹੋ ਇਸ ਈਵੈਂਟ ਵਾਸਤੇ। ਹੁਣ ਮੈਨੂੰ ਆਗਿਆ ਦਿਓ ਜੀ, ਈਮੇਲ ਵੀ ਕਰ ਸਕਦੇ ਹੋ, jaggi@justbroadcasting.com ਜਾਂ ਫਿਰ info@justbroadcasting.com।
ਫੇਸਬੁੱਕ ਟਵਿੱਟਰ ਵੀ ਆ, ਸੈੱਲ ਨੰਬਰ ਵੀ ਹੈ, ਕਿਤੇ ਵੀ ਸੰਪਰਕ ਕਿਸੇ ਵੀ ਗੱਲ ਵਾਸਤੇ ਕਰ ਸਕਦੇ ਹੋ। ਕੋਈ ਐਡ ਦੇਣੀ ਚਾਹੁੰਦੇ ਹੋ, ਕੋਈ ਸਪੋਂਸਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ, ਜਾਂ ਫਿਰ ਕੋਈ ਖਬਰਸਾਰ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ ਜਾਂ ਈਮੇਲ ਕਰੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।